ਜਿੰਨੇ ਵੀ ਪੰਜਾਬ ਦੇ ਮੰਤਰੀ ਨੇ ਪੂਰੀ ਸ਼ਿੱਦਤ ਨਾਲ ਪੰਜਾਬ ਦੀ ਬਿਹਤਰੀ ਲਈ ਲੱਗੇ ਹੋਏ ਨੇ ਔਰ ਪੰਜਾਬ ਦੇ ਨਾਲ ਇੱਕ ਇੱਕ ਵਾਅਦਾ ਜਿਹੜਾ ਉਹਨਾਂ ਨੇ ਕੀਤਾ ਉਹਨਾਂ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਨੇ ਮੈਡਮ ਸਰ ਕੱਖ ਨਹੀਂ ਕੀਤਾ ਇਹਨਾਂ ਨੇ ਕੱਖ ਨਹੀਂ ਦੇ 2.5 ਸਾਲ ਲੰਗੇ 2.5 ਸਾਲਾਂ ਦੇ ਸਾਰੇ ਮੈਂ ਕਿਹਦੀ ਕੈਬਨਟ ਮੰਤਰੀ ਨੂੰ ਬਿਠਾਉ ਮੇਰੇ ਸਾਹਮਣੇ ਦੇਖਦੀ ਐ ਮੈਂ ਕੀ ਕੀਤਾ ਨੇ ਇਹ ਜੇ ਸਾਡੇ ਨੌਜਵਾਨ ਪੀੜੀ ਨੂੰ ਚਿੱਟਾ ਕਿੱਥੋਂ ਆਇਆ ਜੀ ਸਾਡੇ ਕੋਈ ਇੰਡੀਆ ਸਕਿਉਰਟੀਆਂ ਨੇ ਇੰਨੀ ਬਾਰਡਰ ਤੇ ਬੀਐਸਐਫ ਕੰਮ ਕਰਦੀ ਹੈ ਚਿੱਟਾ ਕਿਵੇਂ ਆ ਗਿਆ ਬਈ ਕਿਵੇਂ ਡਰਗਸ ਸਾਡੇ ਦੇਸ਼ ਸੈਂਟਰ ਦਾ ਸਕਦੇ ਕਿਵੇਂ ਪੰਜਾਬ ਚ ਆ ਗਿਆ ਇਹਨਾਂ ਸਵਾਲਾਂ ਦੇ ਇਹਨਾਂ ਨੇ ਹਰੇਕ ਹਸਪੀਟਲ ਸਿਵਲ ਹਸਪੀਟਲ ਚ ਉਹ ਬਣਾਤੇ ਡਰਗਸ ਕੇਂਦਰ ਵੀ ਨਸ਼ਾ ছੜਾਇਆ ਜਾਊਗਾ ਪਹਿਲਾ ਨਸ਼ਾ ਲਿਆਂਦਾ ਕਿੱਥੋਂ ਗਿਆ ਜਿਹੜਾ ਸੁਣਾਉਣ ਦੀ ਲੋੜ ਪੈ ਰਹੀ ਹੈ ਅੱਜ ਇਹ ਏ1 ਪੰਜਾਬੀ ਨਾਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸ ਸੋਮ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਅਪਡੇਟ ਦੋਸਤੋ ਜੇ ਪੰਜਾਬ ਅਪਡੇਟ ਪ੍ਰੋਗਰਾਮ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਸਾਡੇ ਜਿਹੜੇ ਵਿਸ਼ੇ ਹੁੰਦੇ ਆ ਉਹ ਪੰਜਾਬ ਨਾਲ ਰਿਲੇਟਡ ਹੁੰਦੇ ਆ ਪੰਜਾਬ ਦੀ ਆਵਾਮ ਨਾਲ ਰਿਲੇਟਡ ਹੁੰਦੇ ਆ ਪੰਜਾਬ ਦੀ ਰਾਜਨੀਤੀ ਨਾਲ ਰਿਲੇਟਡ ਹੁੰਦੇ ਆ ਜੇ ਸਰਕਾਰਾਂ ਦੀ ਗੱਲ ਕਰੀਏ ਤੇ ਹਰ ਇੱਕ ਸਰਕਾਰ ਚਾਹੁੰਦੀ ਹੈ ਕਿ ਮੈਂ ਪੰਜਾਬ ਦਾ ਵੱਧ ਤੋਂ ਵੱਧ ਭਲਾ ਕਰਾਂ ਔਰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਉਹ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰਦੀ ਹੈ ਕਿ ਪੰਜਾਬ ਦੀ ਆਵਾਮ ਦਾ ਕਿਸੇ ਨਾ ਕਿਸੇ ਤਰ੍ਹਾਂ ਭਲਾ ਹੋਵੇ ਬੇਸ਼ੱਕ ਉਹ ਕਾਂਗਰਸ ਪਾਰਟੀ ਹੈ ਬੇਸ਼ੱਕ ਉਹ ਅਕਾਲੀ ਦਲ ਹੈ ਜਾਂ ਉਹ ਭਾਜਪਾ ਦੀ ਪਾਰਟੀ ਹੈ ਆਪਣੇ ਆਪਣੇ ਹਿਸਾਬ ਦੇ ਨਾਲ ਸਾਰੇ ਸਮਾਜ ਦੀ ਬਿਹਤਰੀ ਲਈ ਲੱਗੇ ਹੋਏ ਨੇ ਜੇ ਮੌਜੂਦਾ ਪੰਜਾਬ ਦੇ ਵਿੱਚ ਸਰਕਾਰ ਦੀ ਗੱਲ ਕਰੀਏ ਤੇ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਹੈ ਔਰ ਕੈਪਟਨ ਮਰਿੰਦਰ ਸਿੰਘ ਦੀ ਪੂਰੀ ਟੀਮ ਜੋ ਹੈ ਉਹ ਪੰਜਾਬ ਦੀ ਆਵਾਮ ਦੀ ਬਿਹਤਰੀ ਵਾਸਤੇ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰਦੀ ਹੈ ਔਰ ਤਰ੍ਹਾਂ ਤਰ੍ਹਾਂ ਦੀਆਂ ਸਕੀਮਜ਼ ਲੈ ਕੇ ਵੀ ਆਉਂਦੀ ਹੈ ਤਾਂ ਕਿ ਇਹ ਸਕੀਮਜ਼ ਦੇ ذریعے ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋ ਸਕੇ ਲੇਕਿਨ ਜਿਵੇਂ ਪੰਜੀ ਉਂਗੜਾ ਬਰਾਬਰ ਨਹੀਂ ਹੁੰਦੀਆ ਉਸੇ ਤਰ੍ਹਾਂ ਹਰ ਇੱਕ ਆਵਾਮ ਦੇ ਵਸਿੰਦੇ ਨੂੰ ਖੁਸ਼ ਕਰਨਾ ਵੀ ਮਤਲਬ ਨਹੀਂ ਹੋ ਸਕਦਾ ਕੋਈ ਚਾਰ ਬੰਦੇ ਖੁਸ਼ ਹੋ ਸਕਦੇ ਆ ਇੱਕ ਦੋ ਬੰਦੇ ਨਰਾਜ਼ ਵੀ ਹੋ ਸਕਦੇ ਨੇ ਲੇਕਿਨ ਅੱਜ ਜਿਸ ਮਹਿਮਾਨ ਦੇ ਨਾਲ ਮੈਂ ਆਪ ਸਭ ਦਾ ਤਾਰਫ ਕਰਵਾਉਣਾ ਚਾਹੁੰਦਾ ਹੈ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਦੇ ਵਿੱਚ ਵੀ ਮੌਜੂਦਾ ਸਰਕਾਰ ਦੇ ਪ੍ਰਤੀ ਨਰਾਜ਼ਗੀ ਨਰਾਜ਼ਗੀ ਕਿਉਂ ਹੈ ਅੱਲਾ ਕੀ ਕਾਂਗਰਸ ਪਾਰਟੀ ਆਪਣੇ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਜਿੰਨੇ ਵੀ ਕੈਬਨਟ ਮੰਤਰੀ ਨੇ ਉਹ ਵੀ ਆਪਣੇ ਹਿਸਾਬ ਦੇ ਨਾਲ ਆਵਾਮ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਇਹਨਾਂ ਦੀ ਨਰਾਜ਼ਗੀ ਕੀ ਹੈ ਉਹ ਇਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਜਸਲੀਨ ਜੀ ਜਸਲੀਨ ਜੀ ਮੈਡਮ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਤੁਸੀਂ ਇੰਨੇ ਨਰਾਜ਼ ਕਿਉਂ ਜਸਲੀਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਥੈਂਕ ਯੂ ਜੀ ਠੀਕ ਹੋ ਤੁਸੀਂ? ਹਾਂਜੀ ਸਰ ਹਾਂਜੀ ਵਧੀਆ ਜੀ। ਕੀ ਲੱਗਦਾ ਤੁਹਾਨੂੰ ਪੰਜਾਬ ਦੀ ਜਿਹੜੀ ਸਰਕਾਰ ਹੈ ਸਾਡੀ ਉਸ ਤੋਂ ਕਿਤੇ ਨਾ ਕਿਤੇ ਗੱਲਾਂ ਬਾਤਾਂ ਤੋਂ ਲੱਗ ਰਿਹਾ ਕਿ ਤੁਹਾਡੇ ਦਿਲ ਦੇ ਵਿੱਚ ਨਰਾਜ਼ਗੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਟੀਮ ਦਿਨ ਰਾਤ ਕਰ ਰਹੀ ਹੈ। ਉਹਨਾਂ ਦੇ ਕੈਬਨਿਟ ਮੰਤਰੀ ਉਹਨਾਂ ਦੀ ਇੱਕ ਇੱਕ ਸਕੀਮ ਜਿਹੜੀ ਹੈ ਉਹ ਆਵਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਤੁਸੀਂ ਫਿਰ ਵੀ ਨਰਾਜ਼ ਹੋ। ਕੀ ਕਾਰਨ ਹੈ? ਦੇਖੋ ਸਰਕਾਰ ਨਾਲ ਨਰਾਜ਼ਗੀ ਇਸ ਗੱਲ ਤੇ ਹੈ ਕਿ ਮੈਂ ਇੱਕ ਥਰਡ ਜੈਂਡਰ ਆ। ਜੀ। ਤੇ ਉਹਨਾਂ ਨੇ ਤਾਂ ਸਾਡੀ ਕਮਿਊਨਿਟੀ ਲਈ ਕਦੇ ਕੁਝ ਕੀਤਾ ਹੀ ਨਹੀਂ ਅਜੇ ਤੱਕ ਇਹ ਤੋਂ ਪਹਿਲਾਂ ਵੀ ਮੈਂ ਪ੍ਰੈਸ ਕਾਨਫਰੰਸਾਂ ਕਰ ਚੁੱਕੀ ਆ ਬਹੁਤ ਰੌਲਾ ਪਾਇਆ ਮੈਂ ਕਿੰਨੇ ਮਹੀਨਿਆਂ ਤੱਕ ਰੌਲਾ ਪਾਇਆ ਜਦ ਤੋਂ ਮੈਂ ਜ਼ਾਹਰ ਕਰਤਾ ਕਿ ਮੈਂ ਐਵੇਂ ਆ ਹਨਾ ਤਾਂ ਮੇਰੇ ਨਾਲ ਕਿਸੇ ਨੇ ਕਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਮੇਰੇ ਨਾਲ ਨਹੀਂ ਆਇਆ ਕੋਈ ਕਿਸੇ ਨੇ ਮੈਥ ਤੱਕ ਹੀ ਮੈਂ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਉਹ ਲੋਕ ਨਹੀਂ ਅੱਗੇ ਆ ਰਹੇ ਮੈਨੂੰ ਅੱਗੇ ਲਿਆਉਣ ਲਈ ਕਿਉਂ ਕਿਉਂ ਪਤਾ ਨਹੀਂ ਉਹਨਾਂ ਨੂੰ ਕੀ ਲੱਗਦਾ ਮੇਰੇ ਬਾਰੇ ਪਤਾ ਨਹੀਂ ਉਹ ਕੀ ਸੋਚਦੇ ਰਹਿੰਦੇ ਨੇ ਨਾ ਤਾਂ ਮੇਰੇ ਦੇਖੋ ਮੈਂ ਇਸ ਟਾਈਮ ਮੇਰੇ ਲਈ ਜਿਵੇਂ ਹਸਪੀਟਲ ਚਲੀ ਜਾਵਾਂ ਤਾਂ ਮੇਰੇ ਲਈ ਕੋਈ ਉੱਥੇ ਜੈਂਡਰ ਦਾ ਉਹ ਹੈ ਹੀ ਨਹੀਂ ਕਾਲਮ ਹੀ ਨਹੀਂ ਹੈਗਾ ਵੀ ਮੈਨੂੰ ਅਦਰਸ ਲੋਕਾਂ ਲਈ ਜਾਂ ਕਿਤੇ ਜਿਵੇਂ ਕਿਤੇ ਲਾਈਨ 'ਚ ਖੜ੍ਹਦੀਆਂ ਤਾਂ ਅਦਰਸ ਲੋਕਾਂ ਲਈ ਸਪੈਸ਼ਲ ਲਾਈਨ ਨਹੀਂ ਹੈਗੀ ਤਾਂ ਮੇਰੇ ਲਈ ਤਾਂ ਸਰ ਸਾਡੇ ਲਈ ਤਾਂ ਸਰਕਾਰ ਕੁਝ ਵੀ ਨਹੀਂ ਕਰ ਰਹੀ ਜੀ ਲੇਕਿਨ ਤੁਸੀਂ ਕਦੇ ਸਰਕਾਰ ਦੇ ਨਾਲ ਕਿਸੇ ਮੰਤਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆਪਣੀਆਂ ਪ੍ਰੋਬਲਮ ਉਹਨਾਂ ਦੇ ਅੱਗੇ ਰੱਖੀਆਂ ਦੇਖੋ ਜਿਹੜੇ ਮੰਤਰੀਜ਼ ਦੇ ਗਾਪਾ ਗੱਲ ਕਰੀਏ ਮੈਂ ਹੁਣੇ ਹੀ ਥੋੜੇ ਦਿਨ ਪਹਿਲਾਂ ਇੱਕ ਮੰਤਰੀ ਦੇ ਨਾਮ ਤਾਂ ਨਹੀਂ ਲੈਣਾ ਚਾਹੁੰਦੀ ਖੈਰ ਮੈਂ ਉਹਨਾਂ ਦੇ ਨਾਲ ਪੀਏ ਨਾਲ ਗੱਲ ਕੀਤੀ ਤੁਹਾਨੂੰ ਪਤਾ ਹੀ ਹੈ ਇਹ ਤਾਂ ਬੜੇ ਬਿਜ਼ੀ ਰਹਿੰਦੇ ਨੇ ਜੀ ਇਹਨਾਂ ਦੀ ਜੇ ਚਾਹ ਪਾਰਟੀਆਂ ਖਤਮ ਹੋਰਦਾ ਤਾਂ ਮੇਰੇ ਨਾਲ ਗੱਲ ਕਰਨ ਇਹਨਾਂ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਜੀ ਕਿਉਂਕਿ ਇਹ ਤਾਂ ਸੋਸ ਦਿਨ ਵੀ ਅਸੀਂ ਮੰਤਰੀ ਨਹੀਂ ਹਸ ਤਾਂ ਪਤਾ ਨਹੀਂ ਰੱਬ ਹੈ ਇਹਨਾਂ ਨੂੰ ਇਹ ਵਹਿਮ ਆ ਮੈਨੂੰ ਤਾਂ ਇਹ ਲੱਗਦਾ ਵੀ ਬਸਾਰੇ ਮੰਤਰੀਜ਼ ਨੂੰ ਇਹ ਲੱਗਦਾ ਰਹਿੰਦਾ ਹੈ ਕਿ ਅਸੀਂ ਇੱਕ ਮੰਤਰੀ ਨਹੀਂ ਹਸ ਤਾਂ ਇਸ ਟਾਈਮ ਗਾਰਡ ਹਾਂ ਜਿਵੇਂ ਹਾਲਾਂਕਿ ਗਾਰਡ ਕੋਲ ਵੀ ਇੱਕ ਬੰਦੇ ਦੀ ਜਾਨ ਬਚਾਉਣ ਲਈ ਟਾਈਮ ਹੈ ਬਹੁਤ ਅੱਛਾ ਉਹ ਵੀ ਉੱਥੇ ਪਹੁੰਚ ਜਾਂਦਾ ਹੈ ਗॉड ਪਰਮਾਤਮਾ ਕਹਿੰਦੇ ਪਰਮਾਤਮਾ ਨਹੀਂ ਪਹੁੰਚਦਾ ਪਰਮਾਤਮਾ ਦਾ ਕੋਈ ਨਾ ਕੋਈ ਫਰਿਸ਼ਤਾ ਉੱਥੇ ਪਹੁੰਚ ਜਾਂਦਾ ਬਿਲਕੁਲ ਕਿਸੇ ਨਾ ਕਿਸੇ ਰੂਪ ਵਿੱਚ ਉਹ ਪਹੁੰਚ ਹੀ ਜਾਂਦਾ ਪਹੁੰਚ ਜਾਂਦਾ ਪਰ ਇਹਨਾਂ ਕੋਲ ਤਾਂ ਟਾਈਮ ਹੀ ਨਹੀਂਗਾ ਜੀ ਲੇਕਿਨ ਟਾਈਮ ਆਪਾਂ ਕਿਵੇਂ ਕਹਿ ਸਕਦੇ ਆ ਤੁਸੀਂ ਇੱਕ ਕੋਸ਼ਿਸ਼ ਕਰੋ ਉਹਨਾਂ ਨੂੰ ਪਰਸਨਲੀ ਜਾ ਕੇ ਮਿਲੋ ਮੈਂ ਪਰਸਨਲੀ ਮਿਲਣ ਦੀ ਕੋਸ਼ਿਸ਼ ਕੀਤੀ ਜੀ ਜਦੋਂ ਆਪਾਂ ਨੂੰ ਕੋਈ ਟਾਈਮ ਹੀ ਨਹੀਂ ਸਾਡੇ ਜਿੰਨੇ ਵੀ ਪੰਜਾਬ ਦੇ ਮੰਤਰੀ ਨੇ ਪੂਰੀ ਸ਼ਿੱਦਤ ਨਾਲ ਪੰਜਾਬ ਦੀ ਬਿਹਤਰੀ ਲਈ ਲੱਗੇ ਹੋਏ ਨੇ ਔਰ ਪੰਜਾਬ ਦੇ ਨਾਲ ਇੱਕ ਇੱਕ ਵਾਅਦਾ ਜਿਹੜਾ ਉਹਨਾਂ ਨੇ ਕੀਤਾ ਉਹਨਾਂ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਕੱਖ ਨਹੀਂ ਕਿਤੇ ਢਾਈ ਸਾਲ ਲੰਘੇ ਢਾਈ ਸਾਲਾਂ ਤੇ ਸਾਰੇ ਮੈਕਨਿਕ ਕੈਬਨਰ ਮੰਤਰੀ ਨੂੰ ਬਿਠਾਓ ਮੇਰੇ ਸਾਹਮਣੇ ਦੇਖਦੀ ਆ ਮੈਂ ਕੀ ਕੁਝ ਕੀਤਾ ਇਹਨਾਂ ਨੇ ਕੁਐਸਚਨ ਮੇਰੇ ਮੇਰੇ ਕੁਐਸਚਨਾਂ ਦੇ ਜਵਾਬ ਦੇ ਦੇਣੋ ਮੈਂ ਤਾਂ ਕਹੂੰਗੀ ਵਾਕਈ ਕੀ ਕੀਤਾ ਕਿੰਨੀਆਂ ਡਿਸਪੈਂਸਰੀਆਂ ਨਵੀਆਂ ਬਣੀਆਂ ਕਿੰਨੇ ਲੋਕਾਂ ਦਾ ਇਲਾਜ ਕੀਤਾ ਗਿਆ ਕਿੰਨੇ ਕਿ ਦਿਨਾਂ ਕੁਝ ਕੀਤਾ ਕੁਝ ਨਹੀਂ ਪਤਾ ਅਬਰਮਿੰਦਰ ਸਾਹਿਬ ਨੂੰ ਉਹ ਲਾਤਾ ਦੀਏ ਇਹਨਾਂ ਨੇ ਸਿਹਤ ਮੰਤਰੀ ਇਹਨਾਂ ਦੀ ਆਪਣੀ ਹੈਲਥ ਕਦੇ ਠੀਕ ਨਹੀਂ ਰਹਿੰਦੀ ਇਹਨਾਂ ਨੂੰ ਆਪਣੀ ਹੈਲਥ ਦਾ ਚੈੱਕਅਪ ਕਰਾਉਣ ਲਈ ਫੋਰਨ ਚ ਜਾਣਾ ਪੈਂਦਾ ਵਾਈ ਕਿਉਂ ਇਹਨਾਂ ਸਵਾਲਾਂ ਦੇ ਸਾਡੇ ਕੋਲ ਜਵਾਬ ਹੀ ਨਹੀਂ ਹੈਗੇ ਜੀ ਲੇਕਿਨ ਮਤਲਬ ਮੈਂ ਉਹੀ ਦੇਖੋ ਜੀ ਲੱਗੀ ਹੋਈ ਲੱਗੀ ਹੋਈ ਕਹਿਣਾ ਕੁਝ ਨਹੀਂ ਬਣਨਾ ਹਨਾ ਦੇਖੋ ਕਰਨਾ ਤੇ ਕਰਕੇ ਦਿਖਾਉਣਾ ਤੇ ਦੋਨਾਂ 'ਚ ਬਹੁਤ ਡਿਫਰੈਂਟ ਆ ਗੱਲ 'ਚ ਜੀ ਬਹੁਤ ਜ਼ਿਆਦਾ ਡਿਫਰੈਂਟ ਆ ਹਾਂ ਮੈਂ ਕਰ ਦੂੰਗਾ ਹਾਂ ਮੈਂ ਕਰ ਦਿੱਤਾ ਜੀ ਦੋਨੇ ਸਵਾਲ ਬੜੇ ਅਲੱਗ-ਅਲੱਗ ਜਵਾਬ ਨੇ ਇਹਨਾਂ ਦੋਸਤਾਂ ਦੇ ਸਵਾਲਾਂ ਦੇ ਜਸਲਿੰਦਰ ਜੀ ਇਹਨਾਂ ਦਿਨਾਂ ਵਿੱਚ ਕਿਸੇ ਮੰਤਰੀ ਨਾਲ ਸੰਪਰਕ ਕੀਤਾ ਤੁਸੀਂ ਹਾਂ ਮੈਂ ਕੋਸ਼ਿਸ਼ ਕੀਤੀ ਸੀ ਕਿਸੇ ਨਾਲ ਗੱਲ ਕਰਨ ਦੀ ਮੈਂ ਤਾਂ ਹਰਮਨ ਸਿੰਘ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਜੇ ਉਹਨਾਂ ਦੇ ਪੀਏ ਸਾਹਿਬ ਕਹਿੰਦੇ ਕਿ ਥੋੜੇ ਉਹ ਬਿਜ਼ੀ ਰਹਿੰਦੇ ਨੇ ਛੰਡੀਗੜ੍ਹ ਰਹਿੰਦੇ ਨੇ ਕਿ ਤੁਸੀਂ ਵੀ ਜਦੋਂ ਮੈਂ ਉਹ ਕੁਝ ਦਿਨ ਤੱਕ ਫ੍ਰੀ ਹੋਣਗੇ ਮੈਂ ਤੁਹਾਡੇ ਨਾਲ ਜ਼ਰੂਰ ਗੱਲ ਕਰਾਵਾਂਗਾ ਉਹਨਾਂ ਦੀ ਮਤਲਬ ਤੁਹਾਡੀ ਮੁੱਖ ਡਿਮਾਂਡ ਹੈ ਕੀ ਹੈ ਕਿ ਜਿਹੜੇ 3rd ਕੈਟਾਗਰੀ ਦੇ ਲੋਕ ਨੇ ਉਹਨਾਂ ਵਾਸਤੇ ਸਾਰੇ ਪਾਸੇ ਕੁਝ ਨਾ ਕੁਝ ਹੋਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਲਈ ਸਭ ਕੁਝ ਹੋਣਾ ਚਾਹੀਦਾ ਹੈ ਉਹਨਾਂ ਦੀਆਂ ਜੌਬਸ ਹੋਣੀਆਂ ਚਾਹੀਦੀਆਂ ਨੇ ਸਭ ਤੋਂ ਪ ਕਰ ਲਈ ਹੈ ਪਰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਲੋਕਾਂ ਦੇ ਪੈਸੇ ਤੇ ਜੀਣਾ ਨਹੀਂ ਚਾਹੁੰਦੀ ਮੈਂ ਅੱਧੀ ਰੋਟੀ ਖਾ ਲੂੰਗੀ ਪਰ ਮੈਂ ਕਿਸੇ ਤੋਂ ਖਾ ਨਹੀਂ ਸਕਦੀ ਮੈਂ ਤੇਤ ਤੋਂ ਮੰਗ ਕੇ ਖਾਦੀ ਆ ਮੈਂ ਆਪ ਮੈਡੀਕਲ ਦਾ ਡਿਪਲੋਮਾ ਕੀਤਾ ਮੈਂ ਪਟਿਆਲੇ ਚ 5 ਸਾਲਾਂ ਤੋਂ ਹੋਮ ਕੇਅਰ ਦਾ ਕੰਮ ਕਰ ਰਹੀ ਆ ਜੀ ਮੈਂ ਕਿਸੇ ਤੇ ਡਿਪੈਂਡੈਂਟ ਨਹੀਂ ਆ ਮੈਨੂੰ ਨਹੀਂ ਵੀ ਕੰਮ ਮਿਲਦਾ ਮੈਂ ਕੋਈ ਗੱਲ ਨਹੀਂ ਮੈਂ ਮੈਂ ਕਦੇ ਉਦਾਸ ਨਹੀਂ ਹੁੰਦੀ ਇਸ ਗੱਲ ਨੂੰ ਤਾਂ ਵੀ ਮੈਂ ਸੋਚਦੀ ਆ ਵੀ ਜੇ ਇੱਕ ਨਹੀਂ ਖਾਣੀ ਤਾਂ ਅੱਧੀ ਤਾਂ ਪਰਮਾਤਮਾ ਨੇ ਦੇ ਹੀ ਦੇਣੀ ਆ ਨਹੀਂ ਤਾਂ ਗੁਰੂ ਘਰ ਜਿੰਦਾਬਾਦ ਆਪਾਂ ਨੂੰ 5 ਸਾਲ ਹੋ ਗਏ ਸੁਖਮਨੀ ਸਾਹਿਬ ਜਾਂਦੇ ਆਪਾਂ ਉੱਥੇ ਸੇਵਾ ਕਰੀ ਦੀਆ ਨਹੀਂ ਕੰਮ ਮਿਲਿਆ ਤਾਂ अच्छा जे आपा ਲਈਏ ਤੇ ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਹੋਈਆਂ ਨੇ ਤੁਸੀਂ ਮਤਲਬ ਅਪਲਾਈ ਕਰ ਸਕਦੇ ਹੋ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਕੈਟਾਗਰੀ ਦੀ ਇੱਕ ਮਤਲਬ ਉਸ ਪਰਸਨ ਨੇ ਬਕਾਇਦਾ ਆਈਪੀਐਸ ਦੀ ਤਿਆਰੀ ਕਰਕੇ ਇਸ ਜੋਬ ਨੂੰ ਪ੍ਰਾਪਤ ਵੀ ਕੀਤਾ ਆ ਵਾਈ ਨਾਟ ਯੂ ਬਿਲਕੁਲ ਬਿਲਕੁਲ ਸਰ ਮੈਂ ਮੰਨਦੀ ਹਾਂ ਇਸ ਗੱਲ ਹੀ ਪਰ ਪਹਿਲਾਂ ਤਾਂ ਸਾਡਾ ਕਾਲਮ ਹੋਣਾ ਜ਼ਰੂਰੀ ਹੈ ਦੇਖੋ ਜਿਸ ਟਰੈਕ ਤੇ ਜਾਣਾ ਸੀ ਉਸ ਟਰੈਕ ਤਾਂ ਰੈਡੀ ਹੋਣਾ ਚਾਹੀਦਾ ਨਾ ਅਸੀਂ ਗੱਡੀ ਤਿਆਰ ਕਰਕੇ ਕੀ ਕਰਾਂਗੇ ਜਾ ਸਾਡੇ ਕੋਲ ਕੋਈ ਟ੍ਰੈਕ ਹੀ ਨਹੀਂ अवेलेबल ਚਾਹੇ ਅਸੀਂ ਮੈ ਕਹਿੰਨਾ ਮੈਟਰੋ ਲਿਆਓ ਜਿਹੜੀ ਮਰਜ਼ੇ ਤੁਹਾਡੇ ਕੋਲ ਕੋਈ ਟ੍ਰੈਕ ਹੀ ਨਹੀਂ ਹੈਗਾ ਤੁਸੀਂ ਕਿੱਥੇ ਜਦੋਂ ਸਾਡੇ ਲਈ ਕੋਈ ਕਾਲਮ ਹੀ ਨਹੀਂ ਬਣਿਆ ਹੋਇਆ ਹੈਗਾ ਮੇਲ ਤੇ ਫੀਮੇਲ ਤੇ ਇੱਕ ਅਦਰ ਲੋਕਾਂ ਦਾ ਤਿੰਨਾਂ ਦਾ ਕਾਲਮ ਹੀ ਨਹੀਂ ਤਾਂ ਮੈਂ ਕਿੱਥੇ ਦੀ ਤਿਆਰੀਆਂ ਕਰ ਲਾਂ ਮੇਰੀ ਤਾਂ ਹਸਪੀਟਲ ਜਾ ਕੇ ਇੱਕ ਡਿਸਪੈਂਸਰੀ ਚ ਪਰਚੀ ਨਹੀਂ ਬਣਦੀ ਉਹ ਮੈਨੂੰ ਪੁੱਛਦੇ ਨੇ ਵੀ ਤੁਸੀਂ ਮੇਲ ਹੋ ਜਾਂ ਫੀਮੇਲ ਮੈਂ ਕਹਿੰਦੀ ਮੈਂ ਅਦਰ ਉਹ ਕਹਿੰਦੇ ਸਾਡੇ ਕੋਲ ਤਾਂ ਜ਼ਰੂਰ ਦਾ ਕਾਲਮ ਹੀ ਨਹੀਂ ਹੈਗਾ ਸਰਕਾਰ ਨੇ ਅਜਾ ਕੋਈ ਰਿਟਰਨ ਚ ਦਿੱਤਾ ਹੀ ਨਹੀਂ ਹਾਲਾਂਕਿ 2015 ਚ ਸੁਪਰੀਮ ਕੋਰਟ ਨੇ ਇੱਕ ਲਾਅ ਬਣਾਇਆ ਜਿਹਦੇ ਵਿੱਚ ਗੇਜ਼ ਦੇ ਅਦਰਸ ਟ੍ਰਾਂਸਜੈਂਡਰਸ ਜਿਹੜੇ ਮੇਲਟ ਟੂ ਫੀਮੇਲ ਬਣ ਗਏ ਫੀਮੇਲ ਟੂ ਮੇਲਸ ਇਹਨਾਂ ਸਾਰੀ ਕਮਿਊਨਿਟੀ ਨੂੰ ਇਕੱਠੇ ਕਰਕੇ ਇੱਕ ਅਦਰ ਥਰਡ ਜੈਂਡਰ ਦਾ ਦਰਜਾ ਦਿੱਤਾ ਕਿ ਇਹਨਾਂ ਲੋਕਾਂ ਨੂੰ ਵੀ ਜਿਉਣ ਦਾ ਹੱਕ ਹੈ ਇਹਨਾਂ ਨੂੰ ਇਹ ਵੀ ਕੋ ਗॉड ਵੱਲੋਂ ਬਣਾਏ ਗਏ ਨਹੀਂ ਇਹਨਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਮੈਨੂੰ ਤਾਂ ਇਹ ਲੱਗਦਾ ਵੀ ਉਸ ਤੋਂ ਪਹਿਲਾਂ ਤਾਂ ਸਰਕਾਰ ਇਹ ਸੋਚਦੀ ਦੀਗੀ ਵੀ ਇਹ ਇਹ ਤਾਂ ਜਾਣ ਪੁੱਝ ਕੇ ਕਰਦੇ ਨੇ ਹਮ ਪਰ ਫਿਰ ਲਾ ਬਣਿਆ ਉਹਨਾਂ ਨੇ ਬੈਠ ਕੇ ਸੋਚਿਆ ਰਿਸਰਚਸ ਹੋਈਆਂ ਫੋਰਨ ਦੇੋਂ ਸਾਡੇ ਇੰਡੀਅਨਸ ਲੋਕਾਂ ਨੇ ਇੰਡੀਅਨਸ ਦੇ ਲਾ ਉਹਨੇ ਫੋਰਨ ਤੋਂ ਸਿੱਖਿਆ ਵੀ ਯਾਰ ਇਹਨਾਂ ਵਿੱਚ ਇਹਨਾਂ ਦਾ ਕੋਈ ਕਸੂਰ ਹੀ ਨਹੀਂ ਹੈਗਾ ਮਾਤਮਾ ਨੇ ਹਰੇਕ ਫੇਸ ਨੂੰ ਅਲੱਗ-ਅਲੱਗ ਬਣਾਇਆ ਹਰੇਕ ਦਾ ਚਿਹਰਾ ਅਲੱਗ-ਅਲੱਗ ਹੈ ਇੱਥੋਂ ਤੱਕ ਕਿ ਹਰੇਕ ਦੇ ਫਿੰਗਰਪ੍ਰਿੰਟਸ ਵੀ ਅਲੱਗ-ਅਲੱਗ ਨੇ ਬਾਣੀ ਕਹਿੰਦੀ ਹੈ ਕਿ ਇੱਕ ਪੱਤਾ ਦੂਜੇ ਪੱਤੇ ਵਰਗਾ ਵੀ ਨਹੀਂ ਹੈ ਬਿਲਕੁਲ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਇੱਕ ਦੂਜੇ ਦੇ ਨਾਲ ਮੈਚ ਖਾਂਦੇ ਹਾਂ ਅੱਛਾ ਜਸਲਿੰਦਰ ਜੀ ਮੈਂ ਕੁਝ ਤੁਹਾਡੇ ਦੇਖ ਰਿਹਾ ਸੀ ਤੁਹਾਨੂੰ ਕਿਤੇ ਧਮਕੀਆਂ ਧਮਕੀਆਂ ਵੀ ਮਿਲੀਆਂ ਆ ਯਾਰ ਬਿਲਕੁਲ ਮੈਨੂੰ ਹੋਰ ਵੀ ਮਿਲਦੀ ਰਹਿੰਦੀ ਹੈ ਨਹੀਂ ਜੀ ਮਤਲਬ ਸ਼ਾਇਦ ਹੈ ਕਿ ਇੰਨਾ ਸੱਚ ਵੀ ਨਾ ਬੋਲ ਇਕੱਲਾ ਰਹਿ ਜਾਏਗਾ ਚਾਰ ਕੋ ਬੰਦੇ ਛੱਡ ਲੈ ਮੋੜਾ ਦੇਣ ਲਈ ਜਿਆਦਾ ਸੱਚ ਵੀ ਕੌੜਾ ਕਿਸ ਤਰ੍ਹਾਂ ਦੇ ਧਮਕੀ ਮਿਲਦੀ ਰਹੀ ਹੈ ਦੇਖੋ ਹੁਣ ਵੀ ਦੰਦੀ ਰਹਿੰਦੇ ਰਹਿੰਦੇ ਹੁਣੀ ਫੋਨ ਆਉਂਦਾ ਰਹਿੰਦਾ ਹੈ ਕਿ ਮੈਡਮ ਤੁਸੀਂ ਇਹ ਚੀਜ਼ ਚ ਪੰਗਾ ਨਾ ਲਓ ਇਹ ਆ ਉਹ ਹਨਾ ਕਿ ਤੁਹਾਨੂੰ ਮਾਰ ਦਿੱਤਾ ਜਾਊਗਾ ਮੈਂ ਤਾਂ ਸ਼ਰਿਆ ਦੇਖੋ ਮੈਂ ਪਹਿਲਾਂ ਪ੍ਰੈਸ ਕਾਨਫਰੰਸਾਂ ਕਰੀਆਂ ਉਹਨਾਂ ਵਿੱਚ ਮੈਂ ਸ਼ਰਿਆ ਬਿਆਨ ਦਿੱਤੇ ਮੈਂ ਪਟਿਆਲੇ ਚ ਸ਼ਰਿਆਮ ਘੁੰਮਦੀਆਂ ਵੀ ਜਿੱਦ ਦੇ ਮੈਨੂੰ ਮਾਰਨਾ ਹੋਊਗਾ ਪਹਿਲਾਂ ਲੋਕਾਂ ਦਾ ਧਿਆਨ ਰੱਖਿਓ ਮੈਨੂੰ ਕੱਲੀ ਕੱਲੀ ਦੇਖ ਕੇ ਜੇ ਬੇਸ਼ੱਕ 4-5 ਗੋਲੀਆਂ ਇਕੱਠੀਆਂ ਮਾਰ ਦਿਓ ਇੱਕ ਦਿਨਾਂ ਦਾ ਮੈਂ ਮਰਨਾ ਨਹੀਂ ਕਿਉਂਕਿ ਜੇ ਮੈਂ ਇੱਕ ਗੋਲੀ ਮਾਰੂਗੀ ਇੱਕ ਗੋਲੀ ਨਾਲ ਕੋਈ ਮਰ ਨਹੀਂ ਸਕਦਾ ਮੰਨ ਲਓ ਮੇਰੇ ਬਾਅਦ ਗੋਲੀ ਮ ਕਿਉਂਕਿ ਮੈਂ ਜਦ ਤੱਕ ਜਿਉਂਦੀ ਰਹਿਣਾ ਮੈਂ ਜਦ ਤੱਕ ਸੱਚ ਬੋਲਦੀ ਹੀ ਰਹਿਣਾ ਮੈਂ ਮਰਨੀ ਮਰ ਜੂਗੀ ਪਰ ਮੈਂ ਝੂਠ ਨਹੀਂ ਬੋਲਣਾ ਮੈਂ ਸੱਚ ਆ ਅੱਜ ਮੇਰਾ ਸਭ ਨੇ ਸੱਚ ਛੱਡਤਾ ਮੇਰੀ ਹਿੱਤ ਤੱਕ ਹੀ ਫੈਮਿਲੀ ਨੇ ਮੈਨੂੰ ਐਕਸੈਪਟ ਕਰਨਾ ਛੱਡਤਾ ਮੈਂ ਕੋਈ ਗੱਲ ਨਹੀਂ ਪਰ ਮੈਂ ਜ਼ਿੰਦਗੀ ਲਈ ਜਿਉਣਾ ਕਿਸੇ ਨਾ ਕਿਸੇ ਲਈ ਜਿਉਣਾ ਹੈ ਤમે ਸੋਚਦੀਆਂ ਬਸ ਹੂੰ ਵਾਕਈ ਜਸਲੀਨ ਜੀ ਬਹੁਤ ਇਮੋਸ਼ਨਲ ਤੁਸੀਂ ਸ਼ਬਦ ਕਹਿੰਤਾ ਕਿ ਫੈਮਿਲੀ ਨੇ ਵੀ ਮਨਜ਼ੂਰ ਨਹੀਂ ਕੀਤਾ ਉਹਨਾਂ ਨੇ ਵੀ ਕਰਨਾ ਛੱਡ ਦਿੱਤਾ ਉਹਨਾਂ ਨੇ ਮੈਨੂੰ ਕਿਹਾ ਸ਼ਰਮ ਗਿਆ ਕਿ ਸਾਡਾ ਕਿਤੇ ਨਾਮ ਲੈਣ ਦੀ ਲੋੜ ਨਹੀਂ ਮੈਂ ਕਿਹਾ ਠੀਕ ਹੈ ਜੀ ਬਹੁਤ ਧੰਨਵਾਦ ਤੁਸੀਂ ਖੁਸ਼ ਰਹੋ ਪਰਮਾਤਮਾ ਤੁਹਾਨੂੰ ਇੰਨੀਆਂ ਖੁਸ਼ੀਆਂ ਦੇਵੇ ਅਸੀਂ ਤਾਂ ਬਲੇਸਿੰਗਸ ਦੇਣ ਵਾਲੇ ਲੋਕ ਹਾਂ ਵੀ ਬੇਸ਼ੱਕ ਚਾਹੇ ਸਾਨੂੰ ਚੰਗਾ ਕਹੇ ਚਾਹੇ ਮਾੜਾ ਬਸ ਉਹਨਾਂ ਨੂੰ ਇੰਨਕ ਪਰਮਾਤਮਾ ਖੁਸ਼ ਰੱਖੇ ਕਿ ਕਦੇ ਉਹਨਾਂ ਨੂੰ ਫੀਲ ਵੀ ਨਾ ਹੋਵੇ ਕਿ ਉਹਨਾਂ ਦਾ ਜਸਲੀਨ ਨਾਂ ਦਾ ਕੋਈ ਹੈ ਸੀ ਬੱਚਾ ਅੱਛਾ ਜਸਲੀਨ ਜੀ ਇਲੈਕਸ਼ਨ ਲੜਨ ਦੀ ਵੀ ਤੁਹਾ ਮਤਲਬ ਇਲੈਕਸ਼ਨ ਲੜਾਂ ਲੇਕਿਨ ਉਹ ਇਲੈਕਸ਼ਨ ਕਿੱਥੋਂ ਲੜੀ ਜਾਏਗੀ ਇਹ ਅਜੇ ਤੈਅ ਕਰਨਾ ਜਾਂ ਕਿਸ ਦੇ ਖਿਲਾਫ ਲੜੀ ਜਾਏਗੀ ਉਹ ਤੈਅ ਕਰ ਚੁੱਕੇ ਹੋ ਤੁਸੀਂ ਦੇਖੋ ਮੈਂ ਤਾਂ ਆਪਣੇ ਦੇਖੋ ਮੈਂ ਜਿਸ ਕਿਸੇ ਪਾਰਟੀ ਨਾਲ ਤਾਂ ਨਹੀਂ ਮਿਲੀ ਹੈ ਨਾ ਮੈਨੂੰ ਤਾਂ ਲੱਗਦਾ ਸਾਰੀਆਂ ਪਾਰਟੀਆਂ ਬੇਕਾਰ ਨੇ ਕੋਈ ਸੱਚ ਬੋਲਣ ਵਾਲਾ ਬੰਦਾ ਹੈ ਹੀ ਨਹੀਂਗਾ ਤੇ ਮੈਂ ਲੜਾਂ ਤਾਂ ਲੜਾਂ ਕਿਹਦੀ ਨਾ ਮੈਂ ਸੋਚੀ ਰਹੀ ਨਹੀਂ ਆ ਕੱਲੀ ਵੀ ਜੇ ਮੈਂ ਕੱਲੀ ਲੜਦੀ ਆ ਤਾਂ ਇਹ ਨਾ ਇਹ ਇਹ ਜਾਣੇ ਪ੍ਰੇਤ ਇਕੱਠੇ ਹੋਏ ਨੇ ਇਹਨਾਂ ਨੇ ਮੈਨੂੰ ਕੱਲੀ ਨੂੰ ਵਾਰ ਹੀ ਨਹੀਂ ਆਉਣ ਦੇਣਾ ਜੀ ਤમે ਸੋਚਦੀ ਰਹਿਣੀ ਹੈ ਜਿਹਦਾ ਮੈਂ ਇਸ ਗੱਲ ਦੀ ਪਲੈਨਿੰਗ ਨਹੀਂ ਕੀਤੀ ਬਟ ਮੈਂ ਇਹ ਸੋਚਿਆ ਮੈਂ ਪਟਿਆਲੇ ਦੇ ਇਲੈਕਸ਼ਨ ਜ਼ਰੂਰ ਲੜਾਂਗੇ ਐਮਐਲਏ ਦੀ ਮੈਨੂੰ ਮੈਂ ਤਾਂ ਚਾਹ ਨਹੀਂ ਮੈਂ ਤੁਹਾਨੂੰ ਕਹਿੰਦੀ ਨਾ ਤੁਸੀਂ ਮੈਨੂੰ ਹਰਾਓ ਮੈਂ ਨਹੀਂ ਕਹਿੰਦੀ ਮੈਨੂੰ ਜਿਤਾਓ ਮੈਨੂੰ ਹਰਾਓ ਸਭ ਨੂੰ ਤੁਹਾਨੂੰ ਵੀ ਪਤਾ ਲੱਗੇ ਨਾ ਵੀ ਸੱਚਾਈ ਕੀ ਚੀਜ਼ ਆ ਤੁਹਾਨੂੰ ਵੀ ਪਤਾ ਲੱਗੇ ਇਹ ਤੁਹਾਡਾ ਹੀ ਸਿਰ ਤੁਹਾਡੀਆਂ ਜੁੱਤੀਆਂ ਕਰਦੇ ਨੇ ਇਹ ਸਾਨੂੰ ਪਤਾ ਹੀ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਨੀ ਆ ਪਹਿਲਾਂ ਵੀ ਮੈਂ ਸੁਣਾਈ ਹੋਈ ਸੀ ਇੱਕ ਵਾਰ ਨਾ ਇੱਕ ਭੇਡ ਸੀਗੀ ਤੇ ਭੇਡਾਂ ਨੂੰ ਇੱਕ ਮੰਤਰੀ ਕਹਿੰਦਾ ਕਿ ਸਾਰੀਆਂ ਭੇਡਾਂ ਨੂੰ ਇਕੱਠੀਆਂ ਕਰਕੇ ਕਿ ਤੁਹਾਨੂੰ ਮੈਂ ਇਲੈਕਸ਼ਨ ਜਿੱਤਣ ਤੋਂ ਬਾਅਦ ਨਾ ਕੰਬਲ ਲੈ ਕੇ ਦੇਵਾਂਗਾ ਹਮ ਸਾਰੀਆਂ ਭੇਡਾਂ ਖੁਸ਼ੀ ਚ ਨੱਚਣ ਲੱਗ ਗਈਆਂ ਵੀ ਸਾਨੂੰ ਕੰਬਲ ਮਿਲਨੇ ਨੇ ਤੇ ਇੱਕ ਭੇਡ ਦਾ ਬੱਚਾ ਆਪਣੀ ਭੇਡ ਮਾਂ ਨੂੰ ਜਾ ਕੇ ਕਹਿੰਦਾ ਵੀ ਮਾਤਾ ਜੀ ਵੀ ਜਿਹੜੇ ਕੰਬਲਾਂ ਦੀ ਉੰਨਾਂ ਉਹ ਕਿੱਥੋਂ ਆਣੀਆਂ ਆ ਆਹਾ ਜਦੋਂ ਉਹਨੇ ਇਹ ਗੱਲ ਕਹੀ ਤਾਂ ਸਾਰੀਆਂ ਭੇਡਾਂ ਚ ਸਨਾਟਾ ਛਾ ਗਿਆ ਬਿਲਕੁਲ ਵੀ ਇਹ ਜਿਹੜੀ ਭੇਡਾਂ ਦੀ ਉੰਨ ਹੈ ਉਹ ਤਾਂ ਆਪਣੇ ਤੋਂ ਹੀ ਲਾ ਕੇ ਕੰਬਲ ਬਣਾ ਕੇ ਦੇਣਗੇ ਵੀ ਇਸ ਲਈ ਜਦੋਂ ਇਹ ਸਾਨੂੰ ਉਹ ਜਿਹੜਾ ਮੈਨੀਫੈਸਟੋਲਸ ਜਾਰੀ ਕਰਦੇ ਨੇ ਨਾ ਚੋਣ ਮਨੋਰਥ ਪੱਤਰ ਜੀ ਜਿਹਦੇ ਵਿੱਚ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਫੋਨ ਦੇਵਾਂਗੇ ਜੀ ਅਸੀਂ ਲੈਪਟਾਪ ਦੇਵਾਂਗੇ ਜੀ ਅਸੀਂ ਆਟਾ ਦਾਲ ਸਕੀਮ ਦੇਵਾਂਗੇ ਜੀ ਅਸੀਂ ਕਿਓ ਦੇਵਾਂਗੇ ਜੀ ਅਸੀਂ ਤੁਹਾਡੇ ਲਈ 150 ਕਰੋੜ ਰੁਪਏ ਤੁਹਾਡੇ ਲਾਈਟਾਂ ਲਈ ਦੇਵਾਂਗੇ ਗਲੀਆਂ ਨਾਲੀਆਂ ਬਣਾ ਕੇ ਦੇਵਾਂਗੇ ਉਸ ਟਾਈਮ ਅਸੀਂ ਇਹਨਾਂ ਨੂੰ ਕਿਉਂ ਨਹੀਂ ਕੁਐਸਚਨ ਕਰਦੇ ਇਹ ਵੀ ਸਰ ਸਾਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਸਾਡੇ ਲਈ ਤਾਂ ਬੈਸਟ ਕਰੋ ਸਾਨੂੰ ਨੌਕਰੀਆਂ ਦਿਓ ਸਾਨੂੰ ਰੋਜ਼ਗਾਰ ਦਿਓ ਸਾਨੂੰ ਇਹ ਚੀਜ਼ਾਂ ਦੀ ਲੋੜ ਆ ਸਾਡੇ ਬੱਚਿਆਂ ਲਈ ਵਧੀਆ ਐਜੂਕੇਸ਼ਨਲ ਸਕੂਲ ਬਣਾ ਕੇ ਦਿਓ ਸਾਨੂੰ ਇਹ ਚੀਜ਼ਾਂ ਦੀ ਲੋੜ ਆ ਤਾਂ ਜੋ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਧੱਕੇ ਨਾ ਖਾਣ ਸਾਡੇ ਹਸਪੀਟਲ ਜਿਹੜੇ ਪ੍ਰਾਈਵੇਟ ਹਸਪੀਟਲ ਬਣ ਕੇ ਪਟਿਆਲਾ 'ਚ ਬੈਠ ਕੇ ਇਹ ਅੱਗੇ ਨਾ ਸਕਣ ਸਾਡੇ ਵਧੀਆ ਹਸਪੀਟਲ ਬਣਾ ਕੇ ਦਿਓ ਸਾਡੇ ਲਈ ਸਿਸਟਮ ਹੀ ਇਹੋ ਜਿਹਾ ਬਣਾ ਦਿਓ ਵਧੀਆ ਰੁੱਖ ਲਗਾ ਦਿਓ ਤਾਂ ਸਾਡੀ ਸਿਹਤ ਹੀ ਨਾ ਖਰਾਬ ਹੋ ਸਕੇ ਸਾਡੇ ਖਾਣ ਵਾਲੇ ਪਦਾਰਥਾਂ 'ਚ ਸੁਧਾਰ ਕੀਤਾ ਜਾਵੇ ਇਹ ਗੱਲਾਂ ਕਿਉਂ ਨਹੀਂ ਆ ਕੇ ਬੋਲਦੇ ਅੱਗੇ ਨਹੀਂ ਨਹੀਂ ਕਰ ਰਹੇ ਹੈ ਸਰਕਾਰ ਤਾਂ ਕਰ ਰਹੀ ਹੈ ਮੁਫਤ ਦਵਾਈਆਂ ਦੇ ਰਹੀ ਹੈ ਸਰਕਾਰ ਮੁਫਤ ਇਲਾਜ ਲਈ ਸਕੀਮ ਦੇ ਤਹਿਤ ਉਹਨਾਂ ਨੂੰ ਪੈਸੇ ਵੀ ਪ੍ਰੋਵਾਈਡ ਕਰ ਰਹੀ ਹੈ ਸਰਕਾਰ ਸਰ ਉਹ ਤਾਂ ਇੱਕ ਡਰਾਮਾ ਜੀ ਕਿ ਕਿਵੇਂ ਕਹਿ ਸਕਦੇ ਹੋ ਤੁਸੀਂ ਡਰਾਮਾ ਔਰ ਲੋਕ ਉਸ ਸਕੀਮ ਤੋਂ ਫਾਇਦਾ ਵੀ ਲੈ ਰਹੇ ਨੇ ਜਿਸ ਦਿਨ ਜੀ ਦੇਖੋ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਇਹ ਜੀ ਸਕੀਮਾਂ ਦੇਖੋ ਇੰਨੀਆਂ ਕ ਸਕੀਮਾਂ ਤੇ ਇਹਨਾਂ ਨੂੰ ਦੇਣੀਆਂ ਪੈਣਗੀਆਂ ਜੀ ਨਹੀਂ ਤਾਂ ਇਹਨਾਂ ਨੂੰ ਪਤਾ ਵੀ ਅੱਗੇ ਨੂੰ ਹੋਰ ਨਹੀਂ ਆਣਾ ਦੇਖੋ ਜੀ ਦਾਣਾ ਪਾਵਾਂਗੇ ਤਾਂ ਮੁਰਗੀ ਦੇ ਹੱਥ 'ਚ ਆਉਣਾ ਹੈ ਆਦਰਵਾਇਜ਼ ਮੁਰਗੀ ਹੱਥ 'ਚ ਆ ਹੀ ਨਹੀਂ ਸਕਦੀ ਇਹ ਤਾਂ ਮੜਾ ਮੜਾ ਦਾਣਾ ਹੈ ਸਕੀਮਾਂ ਕਿੱਡੀਆਂ ਕੋ ਘਾ ਅਰਬ ਰੁਪਏ ਇਹਨਾਂ ਨੇ ਲਾਤਾ ਇਹ ਇਹ ਇਲਾਜ ਕਰਾਉਣ ਲਈ ਆਪਣਾ ਫੋਰਨ ਚ ਜਾਂਦੇ ਨੇ ਉਹ ਬੰਦੇ ਜਿਹੜੇ ਦੋ ਦੋ ਘੰਟੇ ਉੱਥੇ ਲਾਈਨਾਂ 'ਚ ਖੜਦੇ ਨੇ ਕਿਉਂ ਉਹ ਪਰਸਨ ਨਹੀਂ ਇਹ ਜਿਆਦਾ ਮਾਂ ਦੀ ਛੱਤ ਪਾੜ ਕੇ ਨਿਕਲੇ ਹੋਏ ਹੁਣ ਢੱਡ ਚੋਂ ਹੂੰ ਇਹ ਜਿਆਦਾ ਸਪੈਸ਼ਲਿਸਟ ਨਹੀਂ ਇਹ ਕਿ ਇਹਨਾਂ ਨੇ ਬਹੁਤ ਰੱਬ ਨੂੰ ਨਾਲੇ ਕਲੋਸ ਟੂ ਦੇਖ ਲਿਆ ਵੀ ਉਹ ਲੋਕਾਂ ਨੇ ਇਹਨਾਂ ਦੇਖ ਸਕਿਆ ਪੰਜਾਬ ਦੇ ਵਿੱਚ ਅੱਜ ਬੱਚੇ ਇਹਨਾਂ ਨੂੰ ਇਹ ਸਕੀਮਾਂ ਕਿਉਂ ਕਰਨੀਆਂ ਪੈ ਰਹੀਆਂ ਇਹਨਾਂ ਨੂੰ ਇਹ ਸਕੀਮਾਂ ਜਿਵੇਂ ਹੁਣ ਤੁਸੀਂ ਕਹਿ ਬਈ ਇਹਨਾਂ ਨੇ ਸਕੀਮਾਂ ਕੀ ਕੀਤੀਆਂ ਕਾਲਾ ਪੀਲੇ ਦਾ ਇਲਾਜ ਕਰਦਾਂਗੇ ਇਹਨਾਂ ਨੂੰ ਪੁੱਛੇ ਵੀ ਕਾਲਾ ਪੀਲੇ ਆਇਆ ਕਿੱਥੋਂ ਜੀ ਜੇ ਸਾਡੇ ਮੁੰਡਿਆਂ ਨੂੰ ਇਹਨਾਂ ਚਿੱਟਾ ਲਿਆ ਕੇ ਦਿੱਤਾ ਤਾਂ ਸਾਡੇ ਬੱਚੇ ਕਾਲੇ ਆ ਪੀਲੇ ਚ ਫਾਇਦਾ ਹੋਏ ਬਿਲਕੁਲ ਬਿਲਕੁਲ ਪੰਜਾਬ ਤਾਂ ਸਾਡੇ ਮਿਹਦੇ 'ਚ ਗਰਮੀ ਪਈਆਂ ਤਾਂ ਸਾਡੇ ਜਿਗਰ ਖਰਾਬ ਹੋਏ ਜੇ ਸਾਡੇ ਨੌਜਵਾਨ ਪੀੜ੍ਹੀ ਨੂੰ ਚਿੱਟਾ ਕਿੱਥੋਂ ਆਇਆ ਜੀ ਸਾਡੇ ਕੋਲ ਇੰਨੀ ਸਕਿਉਰਟੀਆਂ ਨੇ ਇੰਨੀ ਬਾਰਡਰ ਤੇ ਬੀਐਸਐਫ ਕੰਮ ਕਰਦੀ ਹੈ ਚਿੱਟਾ ਕਿਵੇਂ ਆ ਗਿਆ ਬਈ ਕਿਵੇਂ ਡਰੱਗਸ ਸਾਡੇ ਦੇਸ਼ ਸੈਂਟਰ ਕਰ ਸਕਦੇ ਕਿਵੇਂ ਪੰਜਾਬ ਚ ਆ ਗਿਆ ਇਹਨਾਂ ਸਵਾਲਾਂ ਦੇ ਇਹਨਾਂ ਨੇ ਹਰੇਕ ਹਸਪੀਟਲ ਸਿਵਲ ਹਸਪੀਟਲ ਚ ਉਹ ਬਣਾਤੀ ਡਰੱਗਸ ਕੇਂਦਰ ਵੀ ਨਸ਼ਾ ਛੜਾਇਆ ਜਾਊਗਾ ਪਹਿਲਾ ਨਸ਼ਾ ਲਿਆਂਦਾ ਕਿੱਥੋਂ ਗਿਆ ਜਿਹੜਾ ਛੜਾਉਣ ਦੀ ਲੋੜ ਪੈ ਰਹੀ ਹੈ ਇਸ ਟੇਨ ਇਹ ਕੁਐਸਚਨ ਕੋਈ ਕਰਦਾ ਹੀ ਨਹੀਂ ਅਸੀਂ ਤਾਂ ਝੱਲੇ ਬਣਾਏ ਹੋਏ ਹਾਂ ਜਿਨ੍ਹਾਂ ਨੇ ਸਾਨੂੰ ਤਾਂ ਇਹਨਾਂ ਨੇ ਬਿਲਕੁਲ ਮੈਂਟਲੀ ਤੌਰ ਤੇ ਉਹ ਕਰਤਾ ਕਿਉਂਕਿ ਦੇਖੋ ਮੈਿਕ ਸਿੱਖ ਕੌਮ ਤੋਂ ਜੀ ਰੱਖਦੀਆਂ ਸੰਬੰਧ ਹਨਾ ਆਪਾਂ ਵੀ ਸਾਰੇ ਸਿੱਖੀ ਆ ਪੰਜਾਬ ਦੇ ਜ਼ਿਆਦਾਤਰ 99% ਸਿੱਖ ਲੋਕ ਰਹਿੰਦੇ ਨੇ ਬਾਕੀ ਧਰਮਾਂ ਦੇ ਲੋਕ ਵੀ ਮੈਂ ਸਾਰੇ ਧਰਮਾਂ ਦੀ ਬਹੁਤ ਰਿਸਪੈਕਟ ਕਰਦੀ ਆ ਦੇਖੋ ਸਾਡੇ ਜਿਹੜਾ ਸਿੱਖ ਧਰਮ ਸੀ ਨਾ ਜੀ ਉਹ ਹਮੇਸ਼ਾ ਅੱਗੇ ਆਇਆ ਜ਼ੁਲਮ ਦੇ ਖਿਲਾਫ ਲੜਨ ਲਈ ਸਾਨੂੰ ਗੋਲੀਆਂ ਨਾਲ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਲੋਕ ਖਤਮ ਨਹੀਂ ਹੋਏ ਮੀਰ ਮੰਨੂ ਦੀ ਦਾਤਰੀ ਮੰਨੂ ਮੈਨੂੰ ਕਹਾਵਤ ਯਾਦ ਨਹੀਂ ਆ ਰਹੀ ਹੈ ਨਾ ਪਤ ਨਹੀਂ ਐਵੇਂ ਜੀ ਸੀ ਮੀਰ ਮੰਨੂ ਦੀ ਦਾਤਰੀ ਜਿਉਂ-ਜਿਉਂ ਮਨੂ ਵੱਡਦਾ ਸੀ ਦੂਣੇ ਚੌਣੇ ਹੋਏ ਐਵੇਂ ਜੀ ਕੁਝ ਦੂਣ ਸਵਾਰੇ ਹੋਏ ਦੂਣ ਸਵਾਰੇ ਹੋਏ ਹੈ ਨਾ ਤੇ ਸਾਨੂੰ ਮਾਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਸੀਂ ਨਹੀਂ ਖਤਮ ਹੋਏ ਫਿਰ ਇਹਨਾਂ ਨੇ ਸੋਚਿਆ ਵੀ ਯਾਰ ਇਹ ਵੱਡੀਆਂ ਗੋਲੀਆਂ ਨਾਲ ਨਹੀਂ ਮਰਦੇ ਇਹਨਾਂ ਨੂੰ ਤਾਂ ਛੋਟੀਆਂ-ਛੋਟੀਆਂ ਗੋਲੀਆਂ ਨਾਲ ਮਾਰੂ ਤਾਂ ਅਸੀਂ ਅਸੀਂ ਵੱਡੇ-ਵੱਡੇ ਰਫਲਾਂ ਨਾਲ ਤਾਂ ਨਹੀਂ ਮਰੇ ਅਸੀਂ 2 ਐਮਐਲ ਦੀ ਸਰਿੰਜ ਨਾਲ ਮਰ ਗਏ ਦੇਖੋ ਹੂੰ ਦੇਖੋ ਕੀ ਬਾਤ ਹੈ ਸਾਨੂੰ ਮਾਰਨ ਲਈ 2 ਐਮਐਲ ਦੀ ਸਰਿੰਜੀ ਬਹੁਤ ਹੈ ਚਿੱਟਾ ਲਿਆਤਾ ਸਮੈਕ ਲਿਆਤੀ ਉਹ ਅਸੀਂ ਕਾਗਜ਼ ਦੇ ਪੰਨਿਆਂ ਨਾਲ ਮਰ ਗਏ ਜਿੰਨਾ ਲੋਕਾਂ ਨੂੰ ਕਦੇ ਮਾਰਿਆ ਨਹੀਂ ਸੀ ਗਿਆ ਉਹ ਕਮਿਊਨਿਟੀ ਨੂੰ ਇਸ ਤਰ੍ਹਾਂ ਖਤਮ ਕੀਤਾ ਜਾ ਰਿਹਾ ਔਰ ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਟੀਮ ਲੱਗੀ ਹੋਈ ਹੈ ਆਏ ਦਿਨ ਤੁਸੀਂ ਦੇਖਦੇ ਹੋ ਕਿਤੇ ਨਾ ਕਿਤੇ ਹੈਰੋਨ ਪਕੜੀ ਜਾਂਦੀ ਹੈ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਸਜ਼ਾ ਵੀ ਦੇ ਰਹੀ ਹੈ ਸਰਕਾਰ ਦੇਖੋ 2-4 ਨੂੰ ਸਜ਼ਾ ਦੇਣਾ ਕੁਝ ਨਹੀਂ ਹੋਣਾ ਹੈਗਾ ਕਿਉਂਕਿ ਤੁਸੀਂ ਇਸ ਗੱਲ ਲਈ ਹੈਨਾ ਚਾਹੇ ਮੈਨੂੰ ਮੇਰੇ ਤੇ ਸਰਕਾਰ ਕੱਲੂ ਇੱਕ ਮੈਨੂੰ ਅਗੇਂਜਡ ਇੱਕ ਲੈਟਰ ਵੀ ਕੱਢ ਦੇਵੇ ਮੈਂ ਇਸ ਗੱਲ ਤੋਂ ਨਹੀਂ ਡਰਦੀ ਕਿਉਂਕਿ ਮੇਰੀ ਕਮਿਊਨਿਟੀ ਨਹੀਂ ਡਰਦੀ ਨਾ ਮੈਂ ਡਰਨਾ ਨਾ ਮੈਂ ਡਰੀਆਂ ਇਹ ਖੁਦ ਇਸ ਗੱਲ ਲਈ ਖੁਦ ਜ਼ਿੰਮੇਵਾਰ ਨੇ ਕਿ ਇਹ ਲੋਕ ਖੁਦ ਸਪਲਾਈ ਕਰਦੇ ਨੇ ਇਨਾਂ ਦੀ ਪਰਮਿਸ਼ਨ ਨਾਲ ਆਲੀ ਸਭ ਕੁਝ ਹੁੰਦਾ ਹੈ। ਨਹੀਂ ਕਿਸ ਕਿਸ ਸਬੂਤ ਤੇ ਤੁਸੀਂ ਕਹਿ ਸਕਦੇ ਹੋ ਕਿ ਸਰਕਾਰ ਦੀ ਪਰਮਿਸ਼ਨ ਦੇ ਹੁੰਦਾ ਸਰ ਜਿਹੜੀ ਮੈਂ ਬੱਚਿਆਂ ਨੂੰ ਮਿਲਦੀਆਂ ਮੇਰੇ ਵੀਰਾਂ ਨੂੰ ਮਿਲਦੀਆਂ ਉਹ ਕਹਿੰਦੇ ਨੇ ਕਿ ਭੈਣੇ ਇਹ ਸਭ ਕੁਝ ਇਨਾਂ ਦੀ ਮਿਲੀ ਭੁਗਤ ਨਾਲ ਹੁੰਦਾ ਏ। ਇਹ ਸਾਨੂੰ ਲਿਆ ਕੇ ਦਿੰਦੇ ਨੇ। ਕੱਲ ਨੂੰ ਸਬੂਤ ਮੰਗੜ ਕੇ ਤੁਹਾਡੇ ਕੋਲ ਦੋ। ਨਹੀਂ ਦੇਖੋ ਇਹਦਾ ਕੋਈ ਪੁਕਤਾ ਸਬੂਤ ਹੀ ਨਹੀਂ ਹੈਗਾ ਜੀ ਮੇਰੇ ਕੋਲ। ਜੇ ਮੈਂ ਸਬੂਤ ਦੀ ਗੱਲ ਕਰਾਂ ਤਾਂ ਮੈਂ ਕੀ ਸਬੂਤ ਪ੍ਰੂਫ ਕਰ ਸਕਦੀ ਆ। ਮੈਂ ਕਿ ਰਸਤੇ 'ਚ ਮੇਰੇ ਨਾਲ ਕੋਈ ਮੈਨੂੰ ਅੱਖ ਦਾ ਇਸ਼ਾਰਾ ਕਰ ਜਵੇ ਮੈਂ ਕਹਾ ਵੀ ਮੇਰੇ ਕੋਲ ਪ੍ਰੂਫ ਨਹੀਂਗਾ ਵੀ ਮੈਂ ਮੇਰੇ ਕੋਲ ਮੇਰੇ ਕੋਲ ਕੀ ਪ੍ਰੂਫ ਆ ਵੀ ਮੈਨੂੰ ਕਿਸਨੇ ਅੱਖ ਦਾ ਇਸ਼ਾਰਾ ਕੀਤਾ ਮੈਂ ਹੁਣ ਰੋਕ ਦੇ ਇਲਜ਼ਾਮ ਜਿਹੜਾ ਇਲਜ਼ਾਮ ਲਾਉਣਾ ਬਹੁਤ ਆਸਾਨ ਹੈ ਉਸ ਇਲਜ਼ਾਮ ਨੂੰ ਪ੍ਰੈਕਟੀਕਲੀ ਰੂਪ ਦੇਣਾ ਬਹੁਤ ਬਿਲਕੁਲ ਬਿਲਕੁਲ ਇਹ ਗੱਲ ਮੈਂ ਬਿਲਕੁਲ ਸਹਿਮਤ ਹਾਂ ਇਸ ਗੱਲ ਨਾਲ ਹਾਂ ਪਰ ਮੈਂ ਤਾਂ ਇਹ ਸੋਚਦੀ ਹਾਂ ਨਾ ਵੀ ਦੇਖੋ ਜੇ ਇਹ ਗੱਲ ਜੋ ਮੇਰੀ ਝੂਠਿਆ ਫਿਰ ਇਹ ਪ੍ਰੋਪਰ ਇਸ ਗੱਲ ਤੇ ਪ੍ਰੋਪਰ ਕਿਉਂ ਨਹੀਂ ਉਹ ਕਰ ਰਹੇ ਪ੍ਰੋਪਰ ਕਿਉਂ ਨਹੀਂ ਕਨਸੈਂਟ੍ਰੇਸ਼ਨ ਕਰ ਰਹੇ ਠੀਕ ਹੈ ਨਸ਼ਾ ਨਹੀਂ ਪੰਜਾਬ 'ਚ ਹੈਗਾ ਤਾਂ ਬਿਲਕੁਲ ਜਿਹੜੇ ਹੌਸਪਟਲ ਸਰਕਾਰੀ ਚਲੇ ਜਾਓ ਤੁਸੀਂ ਅਰਜਿੰਦਰਾ ਦੀ ਉਹ ਗੱਲ ਕਰ ਲਓ ਉੱਥੇ ਕਿੰਨੇ ਬੱਚੇ ਐਡਮਿਟ ਨੇ ਕਿੰਨੇ ਮੁੰਡੇ ਐਡਮਿਟ ਨੇ 18 18 20 20 ਸਾਲਾਂ ਦੇ ਮੁੰਡੇ ਨੇ ਉਹਨਾਂ ਕੋਲ ਚਿੱਟਾ ਕਿੱਥੋਂ ਆ ਜੀ ਉਹਨਾਂ ਨੂੰ ਕੋਈ ਲਿਆਕੇ ਦ ਉਸ ਸਬੂਤ ਨਹੀਂ ਹੈਗਾ ਇੱਕ ਉਹ ਵੀ ਤਾਂ ਕਿ ਸਬੂਤ ਨੇ ਉਹ ਵੀ ਤਾਂ ਕਿ ਪ੍ਰੂਫ ਨੇ ਉਹਨਾਂ ਨੂੰ ਵੀ ਤਾਂ ਉਹ ਵਿਚਾਰੇ ਤਾਂ ਹੀ ਉਹਨਾਂ ਦੀ ਵੇਇਨਸ ਖਤਮ ਹੋ ਗਈਆਂ ਉਹਨਾਂ ਦੇ ਇੱਕ ਸੈਂਪਲ ਹੀ ਲਿਆ ਜਾਂਦਾ ਬਾਡੀ ਚ ਉਹਨਾਂ ਨੇ ਇੰਨਾ ਚਿੱਟਾ ਲੈ ਲਿਆ ਉਹਨਾਂ ਦੀ ਬਾਡੀ ਦੀਆਂ ਸਾਰੀਆਂ ਵੇਇਨਸ ਤਾਂ ਖਤਮ ਹੋ ਗਈਆਂ ਅੱਛਾ ਜਸਲੀਨ ਜੀ ਫਿਰ ਤੁਹਾਡੇ ਮੁਤਾਬਕ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸੁਝਾਅ ਵੀ ਦਿਓ ਕਿ ਮਤਲਬ ਤੁਹਾਡੇ ਮੁਤਾਬਕ ਪੰਜਾਬ ਨਸ਼ਿਆਂ ਤੋਂ ਕਿਵੇਂ ਮੁਕਤ ਹੋ ਸਕਦਾ ਹੈ ਦੇਖੋ ਮੈਂ ਤਾਂ ਮੇਰੀ ਜਨਤਾ ਨੂੰ ਅਪੀਲ ਕਰਨਾ ਚਾਹੁੰਦੀ ਆ ਮੇਰੇ ਮੇਰੇ ਯੂਥ ਨੂੰ ਬੇਨਤੀ ਕਰਨੀ ਚਾਹੁੰਦੀ ਆ ਦੇਖੋ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਵੀ ਤੁਸੀਂ ਅੱਗੇ ਆਓ ਆਪਾਂ ਨੂੰ ਹੀ ਸਾਰਾ ਕੁਝ ਕਰਨਾ ਪੈਣਾ ਇਹਨਾਂ ਨੇ ਕੁਝ ਨਹੀਂ ਕਰਨਾ ਹੈਗਾ ਇਹ ਤਾਂ 4 ਦਿਨ ਰੌਲਾ ਪਾੜ ਜੋਗੀ ਨੇ ਹੁਣ ਕਿਉਂ ਨਹੀਂ ਮਹਾਰਾਣੀ ਸਾਹਿਬ ਪਟਿਆਲੇ ਚ ਕਾਨਫਰੰਸਿਸ ਕਰਦੇ ਹੁਣ ਵੀ ਤਾਂ ਉਹਦਾ ਫਰਜ਼ ਹੈ ਦੁੱਖ ਸੁਣਨੇ ਪਟਿਆਲੇ ਚ ਮੜ ਜਾ ਮੀ ਪੈ ਜਾ ਜਗਾ ਜਗਾ ਪਾਣੀ ਖੜਦਾ ਕਦੇ ਉਹਨਾਂ ਨੇ ਮਾਇਨਾ ਨਹੀਂ ਕੀਤਾ ਇਸ ਗੱਲ ਦਾ ਵੀ ਪਾਣੀ ਕਿੱਥੇ ਖੜਾ ਹੈ ਕਿਹੜਾ ਬੰਦਾ ਚਿੱਕੜ ਚ ਗਿਰ ਗਿਆ ਬਹੁਤ ਇੱਕ ਦਿਨ ਉਹ ਕਿ ਬੀਬੀ ਗਿਰ ਗਈ ਵਿਚਾਰੀ ਹਾਂ ਲੈ ਮੈਂ ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਚੱਕਿਆ ਵੀ ਨਾਲ ਹੈਲਪ ਕਰਾਈ ਉਹ ਸਕੂਟੀ ਇੰਨੀ ਟ੍ਰੈਫਿਕ ਸੀ ਉਹ ਗਿਰ ਗਈ ਵਿਚਾਰੀ ਕਦੇ ਇਹਨਾਂ ਨੇ ਕਦੇ ਇਸ ਗੱਲ ਦਾ ਮਾਇਨਾ ਨਹੀਂ ਕੀਤਾ ਹੈਗਾ ਕਿਉਂਕਿ ਇਹਨਾਂ ਲੋਕਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਇਸ ਗੱਲ ਨਾਲ ਇਹ ਤਾਂ ਸਿਰਫ ਬਰਸਾਤੀ ਲੱड्डੂ ਨੇ ਸਿਰ ਮੀਂਹ ਪੈਣ ਤੇ ਬਾਹਰ ਨਿਕਲਦੇ ਨੇ ਤੇ ਸਲੀਨ ਜੀ ਇਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਚੁੱਕਣ ਦੀਆਂ ਬੜੀਆਂ ਅਫਵਾਹਾਂ ਜ਼ਿਆਦਾ ਕਰਕੇ ਅਫਵਾਹਾਂ ਨੇ ਕੁਝ-ਕੁਝ ਪ੍ਰੈਕਟੀਕਲੀ ਵੀ ਹੈ ਤੁਹਾਡੇ ਮੁਤਾਬਕ ਪੰਜਾਬ ਦੇ ਵਿੱਚ ਇਹ ਜਿਹੜੀਆਂ ਇਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਚੁੱਕਣ ਦੀਆਂ ਖਬਰਾਂ ਆ ਰਹੀਆਂ ਨੇ ਇਸ ਤੇ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਸਰਕਾਰ ਲੱਗੀ ਹੈ ਸਰਕਾਰ ਨੇ ਐਸਟੀਐਫਪੀ ਬਣਾਈ ਹੋਈ ਹੈ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਉਹਨਾਂ ਨੂੰ ਟ੍ਰੇਸ ਵੀ ਕੀਤਾ ਜਾ ਰਿਹਾ ਹੈ ਕਿੱਥੇ ਅਫਵਾਹਾਂ ਨੇ ਕਿੱਥੇ ਪ੍ਰੈਕਟੀਕਲੀ ਸੱਚ ਹੈ ਉਹਨਾਂ ਨੂੰ ਵੀ ਟ੍ਰੇਸ ਕੀਤਾ ਜਾ ਰਿਹਾ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੇ ਮੈਂ ਬੱਚੇ ਚੱਕਣ ਦੀ ਗੱਲ ਕਰਾਂ ਹਨਾ ਤੇ ਹਰ ਵਾਰ ਨਾ ਪੰਜਾਬ 'ਚ ਮੈਨੂੰ ਤਾਂ ਇਹ ਲੱਗਦਾ 6 ਕੁ ਮਹੀਨੇ ਕੋਈ ਐਸੀਆਂ ਏਜੰਸੀਜ਼ ਨੇ ਜਿਹੜੀਆਂ ਪੰਜਾਬ 'ਚ ਐਸੇ-ਐਸੇ ਕੰਮ ਕਰਦੀਆਂ ਨੇ ਵੀ ਇੱਕੋ ਰੀਅਲ 'ਚ ਦਿਖਾ ਦਾਂਗੇ ਉਸ ਤੋਂ ਬਾਅਦ ਅਫਵਾਹਾਂ ਫੈਲਾਉਣੀ ਸ਼ੁਰੂ ਕਰ ਦਾਂਗੇ ਜਿਸ ਦੇ ਨਾਲ ਪੰਜਾਬ ਦੇ ਲੋਕ ਸੈਕੇ ਰਹਿੰਦੇ ਨੇ ਉਹਨਾਂ ਦਾ ਮਾਈਂਡ ਡਿਵੈਲਪ ਹੋ ਹੀ ਨਹੀਂ ਦਿੰਦੇ ਉਹ ਕਦੇ ਸਾਡੇ ਗੁੱਤ ਘੱਤਰਣ ਵਾਲੀ ਆ ਕਦੇ ਕਾਲੇ ਕੱਛਿਆਂ ਵਾਲੇ ਆ ਗਏ ਜੀ ਕਦੇ ਕੁਸ਼ ਹੋ ਗਿਆ ਜੀ ਪਤਾ ਨਹੀਂ ਕਿਉਂ ਸਾਡਾ ਕਨਸੈਂਟ੍ਰੇਸ਼ਨ ਕਿਸੇ ਪਾਸੇ ਹੋਣੀ ਨਹੀਂ ਦਿੰਦੇ ਉਹ ਸਾਨੂੰ ਪਹਿਲਾਂ ਹੀ ਇਸ ਚੱਕਰਾਂ ਚੁਲਝਾ ਲੈਂਦੇ ਨੇ ਦੇਖੋ ਸਰਸੇ ਵਾਲੇ ਦਾ ਕੇਸ ਹੋਇਆ ਉਹਨੂੰ ਸਜ਼ਾ ਦੇਣੀ ਸੀ ਉਹ ਤੋਂ ਪਹਿਲਾਂ ਗੁੱਤ ਚੱਕਣ ਵਾਲਾ ਮਾਮਲਾ ਚੱਲ ਰਿਹਾ ਸੀ ਫਿਰ ਪੰਜਾਬ ਚੋਂ ਸਾਰੇ ਭੜਕ ਗਏ ਹਨ ਲੈ ਉਹ ਤੋਂ ਬਾਅਦ ਗੁੱਤ ਕੱਟਣ ਵਾਲਾ ਕਿੱਥੇ ਫਿਰ ਕਿਸੇ ਨੇ ਬੀਬੀ ਨੇ ਨਾ ਕਿਹਾ ਆ ਕੇ ਵੀ ਮੇਰੀ ਗੁੱਤ ਕੱਟੀ ਗਈ ਜੀ ਉਦੋਂ ਬਾਅਦ ਉਹ 24 ਤੋਂ ਬਾਅਦ ਗੁੱਤ ਕੱਟਣ ਵਾਲੀ ਖਤਮ ਹੀ ਹੋ ਗਈ ਇਸ ਗੱਲ ਦਾ ਅਸੀਂ ਕਦੇ ਨਿਰਣੈ ਨਹੀਂ ਕੀਤਾ ਕਦੇ ਕਾਲੇ ਕੱਚੀਆਂ ਵਾਲੇ ਆ ਗਏ ਜੀ ਕਦੇ ਬੱਚੇ ਇਹ ਅੱਜ ਨਵੀਂ ਖਬਰ ਤਾਂ ਹੈ ਨਹੀਂ ਬੱਚੇ ਚੁੱਕਣ ਵਾਲੀ ਅਸ ਤੋਂ ਬਹੁਤ ਸਾਲ ਪਹਿਲਾਂ ਵੀ ਐਵੇਂ ਹੋਇਆ ਸੀ ਇਹ ਤਾਂ ਕੁਝ ਏਜੰਸੀਆਂ ਨੇ ਮੈਨੂੰ ਤਾਂ ਇਹ ਲੱਗਦਾ ਵੀ ਇਹ ਸਭ ਮਿਲ ਜੁਲ ਕੇ ਕਰੀ ਜਾਂਦੇ ਨੇ ਕਦੇ ਇੱਧਰ ਕਦੇ ਇੱਧਰ ਕਦੇ ਪੰਜਾਬ ਦੇ ਵਿੱਚ ਜੇ ਆਪਾਂ ਮੰਤਰੀਆਂ ਦੀ ਸਿਕਿਉਰਿਟੀ ਲਾਈਏ ਤੇ ਉਹਨਾਂ ਦੀ ਸਿਕਿਉਰਿਟੀ ਉਹਨਾਂ ਦੇ ਰੁਤਬੇ ਦੇ ਮੁਤਾਬਕ ਠੀਕ ਹੈ ਲੇਕਿਨ ਪੰਜਾਬ ਨੂੰ ਕਿਸ ਤਰ੍ਹਾਂ ਸਿਕਿਉਰ ਕੀਤਾ ਜਾਵੇ ਦੇਖੋ ਇਹਦੇ ਲਈ ਤਾਂ ਦੇਖੋ ਵੈਲ এডਿਕੇਟਿਡ ਪਰਸਨ ਚਾਹੀਦੇ ਨੇ ਮੈਨੂੰ ਤਾਂ ਇਹ ਲੱਗਦਾ ਹਨਾ ਕਿ ਸਾਨੂੰ ਪਹਿਲਾਂ ਸਾਡੇ ਯੂਥ ਨੂੰ ਅੱਗੇ ਆਉਣਾ ਚਾਹੀਦਾ ਸਾਨੂੰ ਆਪਣੀ ਸੋਚ ਨੂੰ ਵਧੀਆ ਬਣਾਉਣ ਦੀ ਲੋੜ ਆ ਪਹਿਲਾਂ ਤਾਂ ਤਾਂ ਹੀ ਅਸੀਂ ਅੱਗੇ ਆ ਸਕਦੇ ਹਾਂ ਨਵੇਂ ਯੂਥ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ ਹਨਾ ਚਾਹੇ ਉਹ ਜੌਬਸ ਚਾਹੇ ਉਹ ਪੋਲੀਟੀਸ਼ੀਅਨ ਚਾਹੇ ਕਿਸੇ ਵੀ ਡਿਪਾਰਟਮੈਂਟ ਚਾਹੇ ਹਮੇਸ਼ਾ ਦੇਖੋ ਤੁਸੀਂ ਦੇਖੋ ਵੀ 58 ਤੇ ਰਿਟਾਇਰਮੈਂਟ ਮਿਲਦੀ ਆ ਪੰਜਾਬ ਸਰਕਾਰ ਨੇ ਹਰੂਲ ਬਣਾ ਤਾ ਵੀ ਐਕਸਟੈਂਸ਼ਨ ਦੇ ਦੋ ਸਾਲ ਦੀ ਵੀ ਪਹਿਲਾਂ ਹੀ ਉਹ ਤਾਂ ਗੰਦ ਪਾ ਕੇ 58 ਸਾਲ ਤੱਕ ਉਹਨੇ ਗੰਦ ਹੀ ਪਾਇਆ ਉਹਨੇ ਕਰੇ ਕਿੱਤਰਿਆ ਕੀ ਆ ਉਲਟਾ 2 ਸਾਲੀ ਨੂੰ ਐਕਸਟੈਂਸ਼ਨ ਦੇ ਕੇ ਤਨਖਾਹਾਂ ਹੋਰ ਵਧਾਤੀਆਂ ਉਹਨਾਂ ਦੀਆਂ ਸਗੋਂ ਕਿਸੇ ਨੂੰ ਜੇ ਉਹ ਅੱਜ 50000 ਤੇ ਨੌਕਰੀ ਕਰ ਰਿਹਾ ਉਹਦੀ ਜਗ੍ਹਾ ਤੇ ਪੰਜ ਬੰਦੇ ਰੱਖੋ ਨਾਲੇ ਤਾਂ ਕੰਮ ਛੇਤੀ ਹੋਵੇ 10-10000 ਤੇ ਯੂਥ ਕੰਮ ਕਰਨ ਲਈ ਵੀ ਤਿਆਰ ਉਹ ਤਾਂ ਕਹਿੰਦੇ ਸਾਨੂੰ ਨੌਕਰੀ ਦਿਓ ਜੀ ਨਹੀਂ ਯੂਥ ਲਈ ਸਰਕਾਰ ਨੇ ਕੀਤਾ ਵੀ ਉਪਰਾਲਾ ਕਾਲਜੇਸ ਦੇ ਵਿੱਚ ਕੈਂਪ ਲਾ ਗਏ ਬਕਾਇਦਾ ਤੌਰ ਤੇ ਜੌਬਸ ਕੈਂਪ ਲੱਗੇ ਨੇ ਪੰਜਾਬ ਸਰਕਾਰ ਨੇ ਉਹ ਵੀ ਹਮਲਾ ਮਾਰਿਆ ਹੋਇਆ ਆ ਸਰ ਕੁਛ ਨਹੀਂ ਹੈਗਾ ਦੇਖੋ ਗੁਰਗਾਂ ਸਾਹਿਬ ਮਾਰ ਦੀ ਬੇਅਦਬੀ ਹੋਈ ਹੈ ਨਾ ਉਹਤੇ ਕਮੇਟੀ ਬਣਾਈ ਕੋਈ ਸਜ਼ਾ ਦਿੱਤੀ ਕੀ ਕਿਸੇ ਨੂੰ ਕੋਈ ਪੁਖਤਾ ਸਬੂਤ ਨਹੀਂ ਹੈਗਾ ਇਹ ਕੋਈ ਸਬੂਤ ਨਹੀਂ ਹੈਗਾ ਇਹਨਾਂ ਕੋਲ ਐਸਾ ਐਸਆਈਟੀ ਲੱਗੀ ਹੋਈ ਹੈ ਕਦੋਂ ਤੱਕ ਲੱਗੀ ਰਹੂਗੀ ਸਰ ਉਹ ਤਾਂ ਲੱਗੀ ਰਹਿੰਦੀ ਹੈ 24 ਘੰਟੇ ਕਦੋਂ ਤੱਕ ਲੱਗੀ ਰਹੂਗੀ ਹਮੇਸ਼ਾ ਹੀ ਲੱਗੀ ਰਹਿੰਦੀ ਆ ਕੋਈ ਗੱਲ ਹੋ ਜੇ ਕਮੇਟੀ ਬਣਾ ਦਾਂਗੇ ਜੀ ਉਹਦਾ ਕਮੇਟੀ ਦਾ ਕੋਈ ਰਿਜ਼ਲਟ ਨਹੀਂ ਪ੍ਰੋਪਰ ਮਿਲਦਾ ਬੇ ਬੱਚੇ ਨੇ ਐਗਜ਼ਾਮ ਦਿੱਤਾ ਉਹਦਾ ਨਤੀਜਾ ਤਾਂ ਕੱਢ ਕੇ ਦਿਓ ਬੱਚਾ ਪਾਸ ਹੋਇਆ ਕਿ ਫੇਲ ਹੋਇਆ ਬੱਚੇ ਦਾ ਰਿਜ਼ਲਟ ਲਈ ਜਾਂਦੇ ਐਗਜ਼ਾਮ ਲਈ ਜਾ ਰਹੇ ਹੋ ਤੁਸੀਂ ਲੋਕ ਇਹਦਾ ਐਗਜ਼ਾਮ ਲੈ ਰਹੇ ਨਹੀਂ ਇੱਕ ਤਰ੍ਹਾਂ ਦੇ بس ਜਦੋਂ ਦੇਖੋ ਐਗਜ਼ਾਮ ਲੈ ਲਿਆ ਕਮੇਟੀ ਬਣਾਤੀ ਕਮੇਟੀ ਬਣਾਤੀ ਕਮੇਟੀਆਂ ਨੂੰ 4 ਪੈਸੇ ਮਿਲ ਜਿੰਦੇ ਖਾਨ ਨੂੰ 4 ਦਿਨ ਗੱਡੀਆਂ ਚ ਘੁੰਮਲੇ ਸਿਕਿਉਰਟੀਆਂ ਮਿਲੀਆਂ ਹੋਈਆਂ ਨੇ ਇਹਨਾਂ ਨੂੰ ਕੋਈ ਕੋਈ ਟੈਨਸ਼ਨ ਆ ਇਹਨਾਂ ਦਾ ਕਿਹੜਾ ਕੋਈ ਮਾਰ ਰਿਹਾ ਫਤੇ ਵੀਰ ਬੋਰਚ ਡਿੱਗ ਗਿਆ 4 ਦਿਨ ਅਸੀਂ ਲੋਕਾਂ ਨੇ ਵਟਸਐਪ ਤੇ ਲਾਇਆ ਫੇਸਬੁੱਕ ਤੇ ਲਾਇਆ ਬੜੇ ਹੰਝੂ ਵਹਾਏ ਬੜੀਆਂ ਅਰਦਾਸਾਂ ਕੀਤੀਆਂ ਬੜਾ ਰੱਬ ਨੂੰ ਹੱਲ ਉਹ ਕੀਤਾ ਨਹੀਂ ਰੱਬ ਕਿੱਥੋਂ ਆ ਕੇ ਬਚਾ ਲਵੇ ਸਾਡੇ ਕੋਲ ਵਧੀਆ ਸਿਸਟਮ ਹੀ ਨਹੀਂ ਹੈਗਾ ਰੱਬ ਕਿੱਥੋਂ ਆ ਜਵੇ ਰੱਬ ਤਾਂ ਕਹਿੰਦਾ ਰੱਬ ਨੇ ਤਾਂ ਸਾਨੂੰ ਬ੍ਰੇਨ ਦਿੱਤਾ ਹੋਇਆ ਹੈ ਨੀ ਉਹ ਦਾ ਜੇ ਫਤੇਬੀਰ ਦੀ ਗੱਲ ਕਰੀਏ ਤੇ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਉਸ ਦਿਨ ਤੋਂ ਹੀ ਸਾਡੀ ਜਿਹੜੀ ਟੀਮ ਹੈ ਉਥੇ ਆ ਜਾ ਰਹੀ ਹੈ ਔਰ ਬਾਕਾਇਦਾ ਤੌਰ ਤੇ ਪ੍ਰੈਕਟੀਕਲੀ ਕੰਮ ਵੀ ਕਰ ਰਹੀ ਹੈ ਦੇਖੋ ਉਹਨਾਂ ਦੀ ਜਿਹੜੀ ਫੈਮਿਲੀ ਆ ਉਹ ਫੈਮਿਲੀ ਨੇ ਇਹ ਮਤਲਬ ਸਰਕਾਰ ਦੇ ਨੁਮਾਇੰਦਿਆਂ ਨੇ ਇਹ ਬਿਆਨ ਦਿੱਤਾ ਕਿ ਉਹਨਾਂ ਦੀ ਫੈਮਿਲੀ ਨੇ ਉਹਨਾਂ ਨੂੰ ਲਵੇ ਨਹੀਂ ਆਉਣ ਦਿੱਤਾ ਵੀ ਜਿਹੜੇ ਡੇਰਾ ਸੱਚਾ ਸੌਦਾ ਵਾਲੇ ਸੀ ਉਹ ਕੰਮ ਕਰ ਰਹੇ ਸੀਗੇ ਜਦੋਂ ਉਹ ਕੰਮ ਕਰਦੇ ਵੀ ਸਰਕਾਰ ਉੱਥੇ ਕੀ ਕਰਦੀ ਸੀ ਡੀਸੀ ਸਾਹਿਬ ਨੂੰ ਜਦੀ ਵਾਪਸ ਜਾਣਾ ਚਾਹੀਦਾ ਵੀ ਤੁਸੀਂ ਕੱਢ ਲਓ ਕੱਲੇ ਉੱਥੇ ਕਿਉਂ ਸਰਕਾਰ ਬੈਠੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਸਭ ਕੁਝ ਇਹਨਾਂ ਦੀ ਮਿਲੀ ਭੁਗਤਣਾ ਹੋਣਾ ਐ ਸੋ ਤਾਂ ਕੀ ਮੈਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵਧੀਆ ਮੰਨਦੀ ਐ ਮੈਂ ਤਾਂ ਉਸ ਦਿਨ ਮਾਨ ਸਾਹਿਬ ਨੂੰ ਵੀ ਜ਼ੀਰੋ ਮੰਨ ਲਿਆ ਕਿ ਵੀ ਤੁਸੀਂ ਮੌਕੇ ਦੇ ਐਮਪੀ ਹੋ ਤੋ ਆਰਡਰ ਦੇ ਆਰਮੀ ਨੂੰ ਤੇਰੇ ਕੋਲ ਪਾਵਰਜ਼ ਨੇ ਤੂੰ ਡੀਸੀ ਨੂੰ ਤੱਕ ਨੂੰ ਘੂੜ ਸਕਦਾ ਤੂੰ ਡੀਸੀ ਤੱਕ ਦੀ ਐਮਐਲਏ ਤੱਕ ਤੇਰੇ ਸਭ ਥੱਲੇ ਨੇ ਤੂੰ ਉਹਨਾਂ ਦੀ ਕਲਾਸ ਲੈ ਸਕਦਾ ਬੈਠ ਕੇ ਤੇਰੇ ਐਸਡੀਐਮ ਤੱਕ ਦੇ ਰਿਹਾ ਦੇ ਅੰਦਰ ਨਹੀਂ ਪਰ ਆਪੋਜੀਸ਼ਨ ਆਪੋਜੀਸ਼ਨ ਕਰਕੇ ਵੀ ਮਤਲਬ ਕੋਈ ਪ੍ਰੋਬਲਮ ਆ ਸਕਦੀ ਹੈ ਇਹਨਾਂ ਨੂੰ ਫਿਕਰ ਹੀ ਨਹੀਂ ਸੀ ਜੀ ਇਹਨਾਂ ਦਾ ਕਿਹੜਾ ਬੱਚਾ ਸੀਗਾ ਉਹ ਨਹੀਂ ਉਹ ਨਹੀਂ ਪੂਰਾ ਜ਼ੋਰ ਲਾਇਆ ਕੋਈ ਜ਼ੋਰ ਨਹੀਂ ਲਾਇਆ ਜੀ ਦੇਖੋ ਜੇ ਬੱਚੇ ਨੂੰ ਮਾਰ ਕੇ ਕੱਢਣਾ ਸੀਗਾ ਕੁੰਡੀ ਦਾ ਹੀ ਉਸੇ ਬੋਰ ਬੈਲ ਲਈ ਫਿਰ ਉਹ ਦੂਜਾ ਖੱਡਾ ਕਿਉਂ ਖੋਦਿਆ ਗਿਆ ਭਾਈ ਉਹ ਡਰਾਮਾ ਕੀਤਾ ਗਿਆ ਫਿਰ ਤਾਂ ਉਸੇ ਦਿਨ ਕੱਢ ਲੰਦੇ ਗੁੱਡੀ ਨਹੀਂ ਪਾ ਕੇ ਇਟ ਮੀਨਸ ਇਹ ਵੇਟ ਕੀਤੀ ਜਾ ਰਹੀ ਸੀ ਕਿ ਬੱਚਾ ਕਦੋਂ ਮਰੇ ਕਦੋਂ ਸੀ ਨੂੰ ਬਾਹਰ ਕੱਢੀਏ 2 2.5 ਸਾਲ ਕਿੰਨੇ ਸਾਲ ਦਾ ਬੱਚਾ ਸੀ ਮੇਰੇ ਘਰ ਦਾ 4 ਸਾਲ ਦਾ ਬੇਟਾ ਸੀ ਬੱਚਾ ਸੀ ਉਹ 4 ਸਾਲ ਦਾ ਬੱਚ ਬਿਨਾ ਕਿਸੇ ਖਾਣ ਪੀਣ ਤੋਂ ਉੱਥੇ ਬੰਦ ਇੱਕ ਹਨੇਰੀ ਜਗ੍ਹਾ 'ਚ ਕੀਤਾ ਮੈਂ ਕਹਿੰਦੀ ਮੈਨੂੰ ਇੱਕ ਕਮਰੇ 'ਚ ਬੰਦ ਕਰ ਦੋ ਮੈਂ 24 ਸਾਲ ਦੀ ਮੇਰਾ ਸਾਹ ਘੁੱਟੋ ਜਾ ਉਹ ਦੁੱਖ ਮਤਲਬ ਉਹ ਦੁੱਖ ਅਜੇ ਵੀ ਦਿਲਾਂ ਦੇ ਉੱਪਰ ਬਸਿਆ ਹੋਇਆ ਹੈ ਇੱਕ ਮਾਸੂਮ ਬੱਚੇ ਦਾ ਜਾਣਾ ਆਪਣੇ ਆਪ ਵਿੱਚ ਇੱਕ ਇੱਕ ਬਹੁਤ ਵੱਡੀ ਗੱਲ ਹੈ ਔਰ ਕਿਤੇ ਨਾ ਕਿਤੇ ਉਸ ਮਾਮਲੇ ਵਿੱਚ ਸਰਕਾਰ ਵੀ ਦਾਇਰੇ ਵਿੱਚ ਆਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਦੇਖੋ ਹਾਈ ਕੋਰਟ 'ਚ ਕੇਸ ਲੱਗਿਆ ਹਨ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਦੇਖੋ ਮੈਂ ਤਾਂ ਸੋਚਦੀ ਹਾਂ ਵੀ ਸਾਡੀ ਸਰਕਾਰ ਕਿਸੇ ਉਹ ਮੁੱਦੇ ਤੇ ਅੱਗੇ ਨਹੀਂ ਹੈਗੀ ਚਾਹੇ ਉਹ ਵਾਤਾਵਰਨ ਨੂੰ ਬਚਾਉਣ ਚਾਹੇ ਚਾਹੇ ਸਾਡੀਆਂ ਬੱਚੀਆਂ ਨੂੰ ਸੇਫ ਰੱਖਣ ਚਾਹੇ ਨਾ ਧੂਰੀ ਚ ਰੇਪ ਕੇਸ ਹੋਇਆ ਕੀ ਨਤੀਜਾ ਕੱਢਿਆ ਇਹਨਾਂ ਨੇ ਉਹ ਬੱਚੀ ਦੀ ਇੱਜ਼ਤ ਵਾਪਸ ਆ ਗਈ ਕੀ ਉਹ ਧੂਰੀ ਚ ਬੱਚੀ ਨਾਲ ਰੇਪ ਕੇਸ ਹੋਇਆ ਕੀ ਉਹ ਬੱਚੀ ਦੀ ਇੱਜ਼ਤ ਕਦੇ ਵਾਪਸ ਲਿਆ ਸਕਦੇ ਨੇ ਮੈਂ ਕਹਿੰਦੀ ਚਾਹੇ ਪਰਮਾਤਮਾ ਖੁਦ ਉੱਥੇ ਆ ਜਵੇ ਤਾਂ ਵੀ ਉਸ ਬੱਚੀ ਨੂੰ ਥੋੜੀ ਉਹ ਇੱਜ਼ਤ ਮਿਲ ਸਕਦੀ ਆ ਜੋ ਉਹਦੇ ਨਾਲ ਉਸ ਬੱਚੀ ਨੇ ਦਰਦ ਮਹਿਸੂਸ ਕਰਿਆ ਉਹ ਅਸੀਂ ਅੱਖਾਂ ਚ ਹੰਝੂ ਵਹਾ ਕੇ ਜਾਂ ਪਿੱਟ-ਪਿੱਟ ਕੇ ਨਹੀਂ ਉਹ ਦਰਦ ਬਰਦਾਸ਼ਤ ਕਰ ਸਕਦੇ ਉਹਨੂੰ ਬੱਚੀ ਨੂੰ ਪੁੱਛੋ ਜੇ ਉਹਨੇ ਦਿਲ ਕਿ ਮੈਂ ਇਸ ਤੋਂ ਬਾਅਦ ਮੈਂ ਤਾਂ ਪਰਮਾਤਮਾਗੇ ਅਰਦਾਸ ਕੀਤੀ ਵੀ ਮਾਲਕਾ ਇਹ ਤੋਂ ਵਧੀਆ ਉਹਦੀ ਜਾਨ ਨਿਕਲ ਜਾਂਦੀ ਕੋਈ ਐਕਸੀਡੈਂਟ ਕੇਸ ਹੁੰਦਾ ਬੱਚੀ ਐਕਸਪਾਇਰ ਹੋ ਜਾਂਦੀ ਦੀ ਬੈਸਟ ਹੁੰਦਾ ਰੱਬ ਦਾ ਮੈਂ ਲੱਖ ਵਾਰੀ ਸ਼ੁਕਰ ਕਰਦੀ ਪਰ ਉਸ ਬੱਚੀ ਨਾਲ ਰੇਪ ਕੇਸ ਹੋਇਆ ਮੈਂ ਕਦੇ ਬਰਦਾਸ਼ਤ ਨਹੀਂ ਕਰਦੀ ਇਸ ਗੱਲ ਨੂੰ ਮੈਂ ਕਦੀ ਨਹੀਂ ਮੈਨੂੰ ਬਹੁਤ ਦੁੱਖ ਲੱਗਿਆ ਔਰ ਖਾਸ ਕਰਕੇ ਜਸਲੀਨ ਜੀ ਉਹ ਧਰਤੀ ਜਿੱਥੇ ਪੀਰਾਂ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਜਿੱਥੇ 24 ਘੰਟੇ ਆਪਾਂ ਗੁਰਬਾਣੀ ਦੇ ਨਾਲ ਜੁੜੇ ਰਹਿੰਦੇ ਆ ਉੱਥੇ ਜਦੋਂ ਇਸ ਤਰ੍ਹਾਂ ਦੀਆਂ ਘਟਨਾ ਹੁੰਦੀਆਂ ਤਾਂ ਦਿਲ ਹਿਲਦਾ ਹੈ ਬਿਲਕੁਲ ਮੈਂ ਤੇ ਇਸ ਤੋਂ ਕੇ ਵੀ ਸੋਦੇ ਵੀ ਸਾਡੀ ਕਿਉਂਕਿ ਅਸੀਂ ਰੱਬ ਰੱਬ ਬਹੁਤ ਕਰਦੇ ਆ ਹਨਾ ਬਹੁਤ ਲੋਕ ਗੁਰੂ ਘਰ ਜਾਂਦੇ ਨੇ ਮੰਦਿਰਾਂ ਜਾਂਦੇ ਨੇ ਮਸੀਤਾਂ ਜਾਂਦੇ ਨੇ ਪਰ ਉਹਨਾਂ ਨੂੰ ਅਸਲੀ ਰੱਬ ਦਾ ਠਿਕਾਣਾ ਹੀ ਨਹੀਂ ਪਤਾ ਵੀ ਰੱਬ ਕਿੱਥੇ ਹੈ ਅਸੀਂ ਤਾਂ 2 ਮਿੰਟ ਦੀ ਇੱਥੇ ਲੀਲਾ ਭਾਪਨ ਬੱਤੀਆਂ 'ਚ ਨਹੀਂ ਖੜ੍ਹ ਸਕਦੇ ਜੀ ਪਟਿਆਲੇ ਦੇ ਵਿੱਚ ਉਹ 2 ਮਿੰਟ ਦੀ ਬੱਤੀ ਹੁੰਦੀ ਹੈ 2 ਮਿੰਟ ਤੋਂ ਵੱਧ ਕਿਤੇ ਪਟਿਆਲੇ 'ਚ ਬੱਤੀ ਨਹੀਂ ਹੈਗੀ ਅਸੀਂ ਉਹ ਬੱਤੀ 'ਚ ਨਹੀਂ ਲੈ ਖੜ੍ਹ ਸਕਦੇ ਅਸੀਂ ਤਾਂ ਰੇਸ ਦੇ ਕੇ ਕਹਿੰਦੇ ਵੀ ਕੋਈ ਪੰਜਾਬ ਪੁਲਿਸ ਦਾ ਮਲਾਜਮ ਨਹੀਂ ਖੜਾ ਬੱਤੀ ਕਰਾਸ ਕਰ ਲਓ ਅਸੀਂ ਕਿਹੜੇ ਰੱਬ ਦੀਆਂ ਗੱਲਾਂ ਕਰਦੇ ਆ ਜੀ ਕਿਹੜੇ ਪੀਰ ਫਕੀਰਾਂ ਦੀਆਂ ਗੱਲਾਂ ਕਰਦੇ ਆ ਅਸੀਂ ਅਸੀਂ ਤਾਂ ਕਿਸੇ ਪਾਸੇ ਅੱਗੇ ਹੈ ਹੀ ਨਹੀਂ ਸਾਡਾ ਮੈਂਟਲੀ ਲੈਵਲ ਇਹਨਾਂ ਲੋ ਕਰਤਾ ਜੀ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਸਾਨੂੰ ਅਜਿਹੇ ਜੇ ਜਾਲ ਚ ਫਸਾਇਆ ਹੋਇਆ ਹੈ ਕਿ ਅਸੀਂ ਨਿਕਲ ਹੀ ਨਹੀਂ ਸਕਦੇ ਕਦੇ ਸਾਨੂੰ ਅੱਗੇ ਆਉਣ ਹੀ ਨਹੀਂ ਦਿੰਦੇ ਜਿਹੜਾ ਕੋਈ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਉਹਨੂੰ ਉਡਾ ਦਿੰਦੇ ਨੇ ਇਹ ਭਾਈ ਰਣਜੀਤ ਸਿੰਘ ਢੱਡਰ ਨਾਲ ਸੰਤ ਹੋਏ ਨੇ ਉਹ ਜੇ ਸੱਚ ਬੋਲਦੇ ਨੇ ਉਹਨਾਂ ਤੇ ਹਮਲੇ ਕਰਾਤੇ ਉਹਨਾਂ ਨੂੰ ਸਿਕਿਉਰਟੀ ਮਿਲੀ ਹੋਈ ਆ ਐਵੇਂ ਕਿਉਂ ਹੁੰਦਾ ਬਈ ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਵੀ ਜੇ ਇਹ ਪੜ ਗਏ ਜੇ ਅੱਗੇ ਆ ਗਏ ਇਹਨਾਂ ਲੋਕਾਂ ਨੇ ਸਾਨੂੰ ਘਰਾਂ ਨੂੰ ਭਜਾ ਦੇਣਾ ਤੁਸੀਂ ਕਿਸ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਹੋ ਅਜੀਤਾ ਜੀ ਮੈਂ ਇਸ ਗੱਲ ਦਾ ਡਿਸਾਈਡ ਨਹੀਂ ਕੀਤਾ ਹਨਾ ਦੇਖਦੀਆਂ ਵੀ ਕਿਸ ਪਾਰਟੀ ਤੋਂ ਮੈਂ ਇਲੈਕਸ਼ਨ ਲੜਾਂ ਮੈਂ ਤਾਂ ਮੈਂ ਤਾਂ ਉਹ ਗੱਲ ਕਹਿਣੀ ਹੈ ਕਿ ਮੈਂ ਉਸ ਪਾਰਟੀ ਤੋਂ ਇਲੈਕਸ਼ਨ ਲੜਨਾ ਚਾਹੁੰਨੀ ਆ ਬਸ ਜਿਹੜੀ ਸੱਚੀ ਸੁੱਚੀ ਜੀ ਪਾਰਟੀ ਹੋਵੇ ਹਨਾ ਤੁਹਾਨੂੰ ਕਿਹੜੀ ਲੱਗਦੀ ਹੈ ਜਿੰਨੀਆਂ ਵੀ ਪਾਰਟੀਆਂ ਨੇ ਕਿਹੜੀ ਸੱਚੀ ਸੁੱਚੀ ਲੱਗਦੀ ਮੈਨੂੰ ਤਾਂ ਫਿਲਹਾਲ ਇਹਨਾਂ ਚ ਕੋਈ ਵੀ ਨਹੀਂ ਲੱਗ ਰਹੀ ਦੇਖਦੀਆਂ ਕੀ ਬੰਦਾ ਆਜੇ ਹਨਾ ਕਿਉਂਕਿ ਪਾਰਟੀ ਨਾਲ ਖੜਨਾ ਬੜਾ ਜ਼ਰੂਰੀ ਹੈ ਜੀ ਔਰ ਕਦੇ ਆਪਣੀ ਕਮਿਊਨਿਟੀ ਨਾਲ ਗੱਲਬਾਤ ਕੀਤੀ ਹੈ ਕਿ ਮੇਰਾ ਇੱਕ ਡ੍ਰੀਮ ਹੈ ਕਿ ਮੈਂ ਮਤਲਬ ਇਲੈਕਸ਼ਨ ਜਿੱਤਾਂ ਔਰ ਜਿੱਤ ਕੇ ਵਿਧਾਨ ਸਭਾ ਚ ਜਾਵਾਂ ਜਾ ਕੇ ਆਵਾਮ ਦੇ ਮੁੱਦੇ ਚ ਕਾਮਾਂ ਇਹੋ ਜਿਹਾ ਡ੍ਰੀਮ ਹੈ ਤੁਹਾਡੇ ਜੀ ਦੇਖੋ ਮੇਰਾ ਡ੍ਰੀਮ ਤਾਂ ਮੇਰਾ ਬਹੁਤ ਹੈ ਪਰ ਮੇਰੀ ਕਮਿਊਨਿਟੀ ਨਹੀਂ ਚਾਹੁੰਦੀ ਵੀ ਅੱਗੇ ਆਵਾਂ ਕਿਉਂਕਿ ਉਹਨਾਂ ਹਰ ਇੱਕ ਕਮਿਊਨਿਟੀ ਜੇ ਮਤਲਬ ਗੱਲ ਹੈ ਬਿਲਕੁਲ ਜੀ ਬਿਲਕੁਲ ਇੱਥੋਂ ਤੱਕ ਦੇਖੋ ਜੀ ਆਪਾਂ ਤਾਂ ਫਿਰ ਇਨਸਾਨਾਂ ਦੀ ਗੱਲ ਕਰ ਰਹੇ ਆ ਇੱਕ ਕੁੱਤਾ ਦੂਜੇ ਕੁੱਤੇ ਨੂੰ ਆਪਣੇ ਇਲਾਕੇ 'ਚ ਬਰਦਾਸ਼ਤ ਨਹੀਂ ਕਰੇ ਗੱਲ ਕਰ ਸਕਦਾ ਹੁੰਦਾ ਉਹ ਉਹਦੇ ਪਿੱਛੇ ਤੇ ਭੱਜ-ਭੱਜ ਜਾਂਦਾ ਵੀ ਇਹ ਕਿਵੇਂ ਐਂਟਰ ਹੋ ਗਿਆ ਅਸੀਂ ਤਾਂ ਫਿਰ ਆਮ ਪਬਲਿਕ ਹਨਾ ਆਪਾਂ ਇਨਸਾਨ ਇੱਕ ਪਰਮਾਤਮਾ ਵੱਲੋਂ ਬਣਾਏ ਗਏ ਸਾਰੇ ਸੁਧ ਬੁੱਧਾ ਦੇ ਦੇਖੋ ਕੁੱਤਿਆਂ ਨੂੰ ਕੁੱਤੇ ਬੋਲ ਨਹੀਂ ਸਕਦੇ ਹਨਾ ਉਹਨਾਂ ਦਾ ਸਿਰਫ ਇੰਨਾ ਕੁ ਬ੍ਰੇਨ ਆ ਉਹਨਾਂ ਨੂੰ ਪਤਾ ਕਿ بس ਰੋਟੀ ਮਿਲਣੀ ਚਾਹੀਦੀ ਆ ਉਹਨਾਂ ਨੂੰ ਕੁਝ ਬੈਠਣ ਦਾ ਉੱਠਣ ਦਾ ਕੁਝ ਕੁਝ ਨਹੀਂ ਪਤਾ ਵਿਚਾਰਿਆਂ ਹੈ ਨਾ ਅਸੀਂ ਡੰਡਾ ਮਾਰ ਕੇ ਭਜਾ ਦਿੰਨੇ ਆ ਉਹ ਲੜ ਨਹੀਂ ਸਕਦੇ ਨਾ ਐਵੇਂ ਦਾ ਪਰ ਦੇਖੋ ਹੈ ਨਾ ਵੀ ਸਾਰੀਆਂ ਕਮਿਊਨਿਟੀਾਂ ਚ ਹੁੰਦਾ ਵਾ ਹਮ ਕਦੇ ਵੈਸੇ ਬੈਠ ਕੇ ਡਿਸਕਸ਼ਨ ਕੀਤੀ ਤੁਸੀਂ ਇਸ ਗੱਲ ਦੀ ਕਿ ਆਪਣੇ ਕਿਸੇ ਮਤਲਬ ਜਿਹੜਾ ਵੀ ਤੁਹਾਡੀ ਕਮਿਊਨਿਟੀ ਦਾ ਬਾਸ ਹੈ ਕਿਉਂਕਿ ਆਖਰਕਾਰ ਮਨਜ਼ੂਰੀ ਤਾਂ ਉਥੋਂ ਲੈਣੀ ਪਾਏਗੀ ਉਹਨਾਂ ਕੋਲੋਂ ਨਹੀਂ ਕੋਈ ਮਨਜ਼ੂਰੀ ਦੀ ਇਹ ਕੋਈ ਕੋਈ ਇਹਦੇ ਵਿੱਚ ਹੈ ਨਹੀਂਗਾ ਕੋਈ ਇਹ ਤਾਂ ਦੇਖੋ ਜੀ ਮੈਂ ਤੇ ਗੱਲ ਸੋਚਦੀ ਆ ਕਹਿੰਦੇ ਮੇਰੇ ਘਰ ਦੇ ਮੇਰੇ ਭੈਣ ਭਾਈ ਜਿਹੜੇ ਮੈਨਾਂ ਵਰਤਦੇ ਨੇ ਉਹ ਕਹਿੰਦੇ ਰਹਿੰਦੇ ਨੇ ਹਨਾ ਕਿ ਮੇਰੇ ਭੂਆਜੀ ਦਾ ਬੇਟਾ ਵੀਰਜੀ ਮੈਨੂੰ ਇੱਕ ਦਿਨ ਕਹਿੰਦੇ ਕਿ ਜਸਲੀਨ ਤੂੰ ਕੱਲੀ ਕੀ ਕਰ ਲੇਗੀ ਤੂੰ ਕੱਲੀ ਲੈਕਚਰ ਦੇਣ ਜਾਣੀ ਆ ਤੂੰ ਕੱਲੀ ਤੂੰ ਪੰਜਾਬ ਨੂੰ ਸੁਧਾਰ ਲੇਗੀ ਮੈਂ ਵੀਰਜੀ ਨੂੰ ਇੱਕ ਗੱਲ ਦਾ ਸਵਾਲ ਦਾ ਸਵਾਲ ਕੀਤਾ ਮੈਂ ਕਿਹਾ ਵੀਰਜੀ ਇੱਕ ਵਾਰ ਨਾ ਇੱਕ ਜੰਗਲ ਨੂੰ ਅੱਗ ਲੱਗ ਗਈ ਹੂੰ ਤੇ ਇੱਕ ਚਿੜੀ ਨੇ ਆਪਣੀ ਚੁੰਝ 'ਚ ਥੋੜਾ ਥੋੜਾ ਪਾਣੀ ਭਰ ਕੇ ਅੱਗ ਦੇ ਵਿੱਚ ਸੁੱਟਣ ਲੱਗੀ ਤੇ ਮੇਰੇ ਵਰਗਾ ਕੋਈ ਪਾਗਲ ਉਹਨੂੰ ਕਹਿੰਦਾ ਕਿ ਬੀਬਾ ਜੀ ਵੀ ਜਿਹੜੀ ਤੁਸੀਂ ਅੱਗ ਬੁਝਾ ਰਹੇ ਹੋ ਥੋੜੀ ਚੁੰਝ ਨਾਲ ਅੱਗ ਬੁਝਣੀ ਨਹੀਂ ਉਹ ਕਹਿੰਦੀ ਵੀ ਅੱਗ ਬੁਝਾਉਣ ਦੀ ਗੱਲ ਨਹੀਂ ਹੈਗੀ ਕਹਿੰਦੀ ਜਦੋਂ ਵੀ ਇਤਿਹਾਸ 'ਚ ਗੱਲ ਚੱਲੂਗੀ ਨਾ ਮੇਰਾ ਨਾਮ ਅੱਗ ਬੁਝਾਉਣ 'ਚ ਅੱਗ ਲਾਉਣ 'ਚ ਨਹੀਂ ਅੱਗ ਬੁਝਾਉਣ 'ਚ ਆਵਾ ਬਸ ਮੈਂ ਵੀ ਇਹ ਚਾਹੁੰਨੀ ਆ ਸੋ ਜਸਲੀਨ ਜੀ ਬਹੁਤ ਅੱਛਾ ਲੱਗਾ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਦੇਖੋ ਨੌਕਰੀ ਤੁਸੀਂ ਮੈਨੂੰ ਦਿੱਤੀ ਦੀ ਹੈਗੀ ਵੀ ਹੁਣ ਦਾ ਤੁਹਾਡੇ ਨਾਲ ਪੰ ਬਸ ਸਿਆ ਬਾਤ ਹੈ ਜੀ ਕੀ ਬਾਤ ਹੈ ਹੋਰ ਨਾ ਮੈਂ ਨਾਲ ਦੋਏ ਹੱਥੀ ਪੰਗਾ ਲੈਣਾ ਚਾਹੁੰਨੀ ਆ ਬਸ ਤੁਸੀਂ ਤਿਆਰ ਹੋ ਜਾਓ ਤੁਹਾਨੂੰ 2 ਸਾਲ ਦਾ ਟਾਈਮ ਦੇ ਰਹੀ ਆ ਠੀਕ ਹੈ ਜੀ ਤਿਆਰ ਕਰਨ ਲਈ ਵੀ ਤੁਸੀਂ ਤਿਆਰ ਹੋ ਜਾਓ ਨਹੀਂ ਮੈਂ ਤਿਆਰ ਹੁੰਨੀ ਆ ਫਿਰ ਦੇਖਦੇ ਆ ਕੀ ਬਣਦਾ ਹੈ ਕੋਈ ਚੱਕਰ ਨਹੀਂ ਮੈਂ ਹਾਰ ਜੂਗੀ ਮੈਂ ਪਰਵਾਹ ਨਹੀਂ ਕਰਦੀਗੀ ਹਾਰ ਜਿੱਤ ਆਪਾਂ ਤਾਂ ਖੇਡਣਾ ਖੇਡਣ ਦੇ ਵਿੱਚ ਹਾਰ ਜਿੱਤ ਤਾਂ ਹੁੰਦੀ ਹੋਣੀ ਕਿ ਇਸ ਜਿੱਤਣ ਲਈ ਖੇਡਣਾ ਜਾਂ ਹਾਰ ਲਈ ਖੇਡਣਾ ਮੀਨਜ਼ ਖੇਡਣਾ ਗੇਮ ਦਾ ਆਨੰਦ ਲੈਣਾ ਇੱਕ ਇਸ ਉਸ ਗੇਮ ਦੇ ਵਿੱਚ ਵੜ ਕੇ ਦੇਖਣਾ ਵੀ ਕਿਵੇਂ ਦਾ ਫੀਲ ਹੁੰਦਾ ਹੈ ਬਸ ਬਿਲਕੁਲ ਜੀ ਬਿਲਕੁਲ ਔਰ ਇਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਇਹਨਾਂ ਦੀ ਕੁਝ ਨਾਰਾਜ਼ਗੀ ਹੈ ਨਾਰਾਜ਼ਗੀ ਮਤਲਬ ਮਾਂ ਦੀ ਮਾਂ ਬਾਪ ਦੇ ਨਾਲ ਵੀ ਬੱਚਿਆਂ ਦੀ ਨਾਰਾਜ਼ਗੀ ਹੋ ਜਾਂਦੀ ਹੈ ਇਹਦੇ ਵਿੱਚ ਕੋਈ ਨਹੀਂ ਹੈ ਔਰ ਉਸ ਨਰਾਜ਼ਗੀ ਨੂੰ ਦੂਰ ਕਰਨਾ ਇਹ ਸਭ ਤੋਂ ਵੱਡੀ ਅਹਿਮियत ਗੱਲ ਹੁੰਦੀ ਹੈ ਕਿ ਉਸ ਨਰਾਜ਼ਗੀ ਨੂੰ ਆਪਾਂ ਕਿਸ ਤਰ੍ਹਾਂ ਦੂਰ ਕਰ ਸਕੀਏ ਇਹਨਾਂ ਦੇ ਆਪਣੇ ਵਿਚਾਰ ਨੇ ਔਰ ਇਹਨਾਂ ਨੇ ਜੋ ਗੱਲ ਕੀਤੀ ਹੈ ਆਪਣੇ ਲੈਵਲ 'ਚ ਕੀਤੀ ਹੈ ਔਰ ਏਵਨ ਪੰਜਾਬੀ ਹਮੇਸ਼ਾ ਚਾਹੇਗਾ ਕਿ ਮਤਲਬ ਇਸ ਤਰ੍ਹਾਂ ਦੇ ਕੁਝ ਇੱਕ ਲੋਕ ਜਿਹੜੇ ਕਿ ਮਤਲਬ ਜਿਨ੍ਹਾਂ ਨੂੰ ਆਪਾਂ ਕਹਿੰਦੇ ਇਹਨਾਂ ਨੇ ਕਾਲਮ ਦੀ ਗੱਲ ਕੀਤੀ ਕਿ ਸਾਡੇ ਸਾਡੇ ਮਤਲਬ ਜਨਰੇਸ਼ਨ ਦਾ ਕੋਈ ਕਾਲਮ ਹੀ ਹੈ ਨੀਗਾ ਔਰ ਸਰਕਾਰ ਨੂੰ ਇਸ ਤੇ ਵਕਈ ਸੋਚ ਜਿਹੜੀ ਹੈ ਉਸ ਨੂੰ ਪੋਜ਼ਿਟਿਵ ਰੱਖ ਕੇ ਕੋਈ ਨਾ ਕੋਈ ਇਹਨਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਜਸਲੀਨ ਜੀ ਬਹੁਤ ਅੱਛਾ ਲੱਗਾ ਤੁਸੀਂ ਟਾਈਮ ਕੱਢ ਕੇ ਅੱਜ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਦੋਸਤੋ ਨੀਚੇ ਕਮੈਂਟ ਜ਼ਰੂਰ ਦੇਣੇ ਆਂ ਔਰ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਕਿੰਨਾ ਪਿਆਰ ਕਿੰਨੀ ਮੁਹੱਬਤ ਤੇ ਕਿੰਨਾ ਸਤਿਕਾਰ ਦਿੱਤਾ ਅੰਤ ਵਿੱਚ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਨਾਲ ਮੈਨੂੰ ਆਪਣੇ ਦੋਸਤ ਸੋਮ ਸਹੋਤਾ ਨੂੰ ਤੇ ਸਾਡੇ ਰਿਸਪੈਕਟਡ ਗੈਸਟ ਜਸਲੀਨ ਜੀ ਨੂੰ ਦਿਓ ਇਜਾਜ਼ਤ sasvika.